ਗੁਰਨਾਮ ਪੁੱਲਰ ਜੋ ਸਿਨੇਮਾ ਘਰਾਂ ਤੋਂ ਬਾਅਦ ਜੇ ਸਭ ਤੋਂ ਜ਼ਿਆਦਾ ਕਿਤੇ ਵਿਕਦੇ ਨੇ ਉਹ ਹੈ ਪਿਟਾਰਾ ਸਮਟਾਈਮਸ ਆ ਜਾਂਦਾ ਨਾਲੇ ਗੱਭਰੂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਵੀ ਪਰਮਾਨੈਂਟ ਮੱਲੀ ਹੋਈ ਹੈ ਵਧੀਆ ਖਾੜਾ ਖੂੜਾ ਲਾਉਂਦੇ ਆ ਬਾਈ ਬੜਾ ਸੋਹਣਾ ਗਾਉਂਦਾ ਡਾਊਨ ਟੂ ਅਰਥ ਹੋ ਕੇ ਗੱਲ ਕਰਦੇ ਨੇ ਫਿਲਮਾਂ ਅਖਾੜੇ ਤੇ ਗਾਣੇ ਤਾਂ ਘੈਂਟ ਹੁੰਦੇ ਹੀ ਨੇ ਪਰ ਇੰਟਰਵਿਊਸ ਵੀ ਪੂਰੇ ਕਿੱਲ ਗੱਡੇ ਪਏ ਨੇ ਤੁਸੀਂ ਕੁਛ ਵੀ ਹੁਣ ਰੋਕ ਨਹੀਂ ਸਕਦੇ ਐਵੇਂ ਹੀ ਨਹੀਂ ਚੋਬਰ ਰੀਚ ਤੋਂ ਵੈਰੀ ਫਾਰ ਨਹੀਂ ਬੰਦਾ ਬਹੁਤ ਖਤਰਨਾਕ ਹੈ ਨਾ ਗੱਭਰੂ ਨੂੰ ਕਹਿੰਦੇ ਨੇ ਡਾਇਮੰਡ ਸਟਾਰ ਨੇ ਗੁਰਨਾਮ ਭੁੱਲਰ ਦਾ ਖਾਣਾ ਗੋਰੀਏ ਅੱਜ ਹੀ ਬੁੱਕ ਕਰਾ ਦਾਂਗੇ ਖੂਬਸੂਰਤ ਟੈਲੈਂਟਡ ਹਾਰਡ ਵਰਕਿੰਗ ਐਂਟਰਟੇਨਿੰਗ ਆਲ ਟਾਈਮ ਫੇਵਰੇਟ ਇਹਨਾਂ ਸਭਨਾਂ ਲਈ ਬਸ ਇੱਕ ਪਰਿਆਵਾਚੀ ਬਾਕੀ ਹੈ ਸਰਗੁਣ ਮਹਿਤਾ ਇਹ ਨਾਮ ਹੀ ਕਾਫੀ ਹੈ ਜਦੋਂ ਵੀ ਇਹਨਾਂ ਦਾ ਨਾਮ ਲੈ ਕੇ ਕੁਛ ਪੁੱਛਿਆ ਜਾਂਦਾ ਹੈ ਤਾਂ ਅੱਗੋਂ ਬਸ ਤਾਰੀਫ ਹੀ ਮਿਲਦੀ ਹੈ ਸਰਗੁਣ ਮਹਿਤਾ ਉਹਦੀ ਐਕਟਿੰਗ ਬੜੀ ਘੈਂਟ ਆ ਸਿੰਪਲੀਸਿਟੀ ਦੇਖਦੀ ਹੈ ਬਹੁਤ ਉਹਨਾਂ ਦੀ ਡਾਊਨ ਟੂ ਅਰਥ ਨੇ ਸਾਡਾ ਜਿਹੜਾ ਡਾਇਲੋਗ ਹੈ ਡਾਇਲੋਗ ਡਿਲੀਵਰੀ ਤੇ ਤੁਹਾਡਾ ਕਿਊਟਨੈਸ ਜਿਹੜੀ ਤੁਹਾਡੀ ਆਵਾਜ਼ ਹੈ ਉਹ ਲਿਟਰਲੀ ਲਾਜਵਾਬ ਹੈ ਸਰਗੁਣ ਦੇ ਹੁਨਰ ਦਾ ਜਾਦੂ ਸਭ ਦੇ ਦਿਲਾਂ ਤੇ ਆਲਰੇਡੀ ਛਾ ਗਿਆ ਤੇ ਹੁਣ ਲੈ ਕੇ ਆ ਰਹੇ ਨੇ ਅਗਲੀ ਫਿਲਮ ਸਹੁਰਿਆਂ ਦਾ ਪਿੰਡ ਆ ਗਿਆ Congratulations for the upcoming film Delhi and I welcome you both to our show Sab Pata Hai ਤੇ ਇਹ ਦਸੀ ਵੀ ਸਾਡੇ ਵੱਲੋਂ ਤੁਹਾਡੇ ਦੋਵਾਂ ਦੀ ਇੰਟਰੋਡਕਸ਼ਨ ਪਰ ਜੇ ਤੁਹਾਨੂੰ ਦੋਵਾਂ ਨੂੰ ਮੌਕਾ ਮਿਲੇ ਇੱਕ ਦੂਜੇ ਨੂੰ ਇੱਕ ਵੱਖ ਤਰੀਕੇ ਨਾਲ ਇੰਟਰੋਡਿਊਸ ਕਰਨ ਦਾ ਤੇ ਕਿਵੇਂ ਕਰੋਗੇ ਸਟਾਰਟਿੰਗ ਵਿਦ ਯੂ ਮੈਨੂੰ ਤਾਂ ਪਤਾ ਨਹੀਂ ਕਟਕੜੀ 'ਚ ਕਿਉਂ ਖੜਾ ਕਰਤਾ ਮੈਂ ਤਾਂ ਆਈ ਥਿੰਕ ਗੁਰਨਾਮ ਦੇ ਨਾਲ ਜਿਹੜਾ ਇੱਕ ਵਰਡ ਜਾਂਦਾ ਜਿਹੜਾ ਇੰਡਸਟਰੀ 'ਚ ਵੀ ਤਾਂ ਬਾਕੀ ਵੀ ਡਾਇਮੰਡ ਹੀ ਆ ਹੈ ਨਾ ਅਤੇ ਉਹਨੇ ਆਪਦੀ ਉਹ ਛਾਪ ਵੀ ਬਣਾ ਰੱਖੀ ਆ ਡਾਇਮੰਡ ਮੈਂ ਤਾਂ ਆਈ ਥਿੰਕ ਡਾਇਮੰਡ ਤੁਸੀਂ ਵਧੀਆ ਬੋਲੀ ਨਹੀਂ ਮੈਂ ਐਕਚੁਅਲੀ ਨਾ ਬਹੁਤ ਲੰਮੀ ਪੋਸਟ ਪਾਉਣ ਵਾਲਾ ਸੀ ਜਦੋਂ ਮੈਂ ਸਾਰਿਆਂ ਦਾ ਪਿੰਡ ਪਹਿਲੀ ਪੋਸਟ ਪਾਉਣੀ ਸੀ ਮੈਂ ਬਹੁਤ ਮਤਲਬ ਮੈਂ ਇਹਦੀ ਡਿਟੇਲ 'ਚ ਗੱਲ ਕਰ ਸਕਦਾ ਸਰਗੁਣ ਬਾਰੇ ਕਿ ਮੈਂ ਬਹੁਤ ਮੁੰਡਿਆਂ ਨੂੰ ਦੇਖਿਆ ਵੀ ਬਾਈ ਅੜ ਗਏ ਤਾਂ ਅੜ ਗਏ ਖੜ ਗਏ ਤਾਂ ਖੜ ਗਏ ਜਿੱਥੇ ਲੋੜ ਆ ਤਾਂ ਫੋਨ ਮਾਰਦੀ ਹੈ ਨਾ ਆਹ ਗੱਲਾਂ ਮੁੰਡਿਆਂ ਲਈ ਹੁੰਦੀਆਂ ਸੋ ਉਹ ਸਭ ਗੱਲਾਂ ਜੇ ਮੈਂ ਕਿਸੇ ਐਕਚੁਅਲੀ ਇਸ ਵਰਲਡ 'ਚ ਕਿਸੇ ਇਨਸਾਨ ਲਈ ਕਰਨੀਆਂ ਚਾਹੁੰਦਾ ਤਾਂ ਉਹ ਸਰਗੁਣ ਜਿਹਨੇ ਹਰ ਜ਼ੋਨਰ 'ਚ ਪ੍ਰੂਵ ਕੀਤਾ ਭਾਵੇਂ ਐਜ਼ ਅ ਪ੍ਰੋਡਿਊਸਰ ਭਾਵੇਂ ਐਜ਼ ਐਨ ਐਕਟਰ ਐਜ਼ ਅ ਸੀਰੀਅਲ ਪ੍ਰੋਡਿਊਸਰ ਐਜ਼ ਅ ਫਿਲਮ ਪ੍ਰੋਡਿਊਸਰ ਔਰ ਮਤਲਬ ਇਹੋ ਜਿਹੀ ਕਤਾਰ 'ਚ ਇੱਕ ਕੁੜੀ ਦਾ ਮਤਲਬ ਮੈਂ ਕੋਈ ਇਹ ਨਹੀਂ ਕਿ ਡਿਫਰੈਂਸ਼ੀਏਟ ਕਰ ਰਿਹਾ ਮੁੰਡੇ ਕੁੜੀ ਨੂੰ ਪਰ ਮਤਲਬ ਕੁੜੀ ਉੱਥੇ ਆ ਕੇ ਖੜੀ ਹੈ ਤਾਂ ਵਾਕਈ ਉਹ ਬਹੁਤ ਵੱਡੀ ਗੱਲ ਇੰਨੀ ਐਨਰਜੀ ਕਿੱਥੋਂ ਆਉਂਦੀ ਹੈ ਮੇਰੀ ਟੈਨਸ਼ਨ ਹੋ ਗਈ ਸੁਣ ਕੇ ਐਨਰਜੀ ਕਿੱਥੋਂ ਆਉਂਦੀ ਹੈ ਇੰਨੀ ਕਿੱਥੇ ਆ ਐਨਰਜੀ ਆਏ ਨਜ਼ਰ ਨਾ ਲਈ ਹੈਗੀ ਨਹੀਂ ਓਕੇ ਐਂਡ ਗੁਰਨਾਮ ਬੈਕ ਟੂ ਬੈਕ ਫਿਲਮਾਂ ਕਰਨ ਤੋਂ ਇਲਾਵਾ ਕੀ ਇਹਨੂੰ ਕਹਿੰਦੇ ਐਨਰਜੀ ਸਾਲ ਦੀ ਪੰਜਵੀਂ ਫਿਲਮ ਆ ਰਹੀ ਹੈ ਇਹਨੂੰ ਐਨਰਜੀ ਚੌਥੀ ਇੰਟਰਵਿਊ ਹੈ ਇਸੇ ਸ਼ੋਅ ਦੇ ਵਿੱਚ ਨਹੀਂ ਤਾਂ ਇੱਥੇ ਰਜਿਸਟਰੀ ਹੁਣ ਪੱਕੀ ਬਾਈ ਮੰਦੇ ਉਹ ਕਾਲ ਦੇ ਓਕੇ ਜੀ ਮੇਰਾ ਰੈਂਟ ਭਰਾਓ ਇਹਦੇ ਤੋਂ ਸਟੂਡੀਓ ਦਾ ਟ੍ਰੇਲਰ ਬਹੁਤ ਸੋਹਣਾ ਕੱਟਿਆ ਗਿਆ ਐਂਡ ਜਦੋਂ ਕੋਈ ਵਧੀਆ ਚੀਜ਼ ਆਉਣ ਵਾਲੀ ਹੁੰਦੀ ਹੈ ਨਾ ਤਾਂ ਆਲੇ ਦੁਆਲੇ ਗੱਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਅਤੇ ਬਹੁਤ ਲੋਕ ਬਹੁਤ ਖੁਸ਼ ਨੇ ਬਹੁਤ ਇੰਪ੍ਰੈਸ ਨੇ ਟ੍ਰੇਲਰ ਵੇਖ ਕੇ ਐਂਡ ਟ੍ਰੇਲਰ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਆਡੀਅੰਸ ਨੂੰ ਖਿੱਚ ਕੇ ਨਾ ਥੀਏਟਰਸ ਤੱਕ ਲੈ ਕੇ ਜਾਣ ਦੇ ਲਈ ਸੋ ਤੁਹਾਡੇ ਦੋਵਾਂ ਦੇ ਅਕੋਰਡਿੰਗ ਇੱਕ ਟ੍ਰੇਲਰ 'ਚ ਕੀ ਕੋਰ ਐਲੀਮੈਂਟ ਹੋਣਾ ਚਾਹੀਦਾ ਹੈ ਤਾਂ ਕਿ ਟ੍ਰੇਲਰ ਜੋ ਹੈ ਉਹ ਵਧੀਆ ਹੋਰ ਚੰਗਾ ਲੱਗ ਸਕੇ ਆਡੀਅੰਸ ਬਸ ਟ੍ਰੇਲਰ 22 ਤੇ ਹੀ ਵਾਰੀ ਕੱਟਿਆ ਹੋਣਾ ਚਾਹੀਦਾ ਨਹੀਂ ਨਹੀਂ 58 ਟਾਈਮਸ 58 ਟਾਈਮਸ ਕੱਟਿਆ ਗਿਆ ਟੂ ਬੀ ਪ੍ਰੀਸਾਈਸ ਆ 58th ਵਰਜ਼ਨ ਆ ਟ੍ਰੇਲਰ ਦਾ ਜਿਹੜਾ ਤੁਸੀਂ ਦੇਖ ਰਹੇ ਹੋ ਬਹੁਤ ਟਾਈਮ ਲੱਗਦਾ ਕਿਉਂਕਿ ਤੁਸੀਂ ਲੋਕਾਂ ਨੂੰ ਪੂਰੀ ਚੀਜ਼ ਮਤਲਬ ਪੂਰੀ ਫਿਲਮ ਵੀ ਨਹੀਂ ਦਿਖਾ ਸਕਦੇ ਹੈ ਨਾ ਤੁਸੀਂ ਆਪਣੇ ਸਾਰਾ ਅੱਛਾ ਕੰਟੈਂਟ ਵੀ ਨਹੀਂ ਦੇ ਸਕਦੇ ਬਟ ਜੇ ਨਹੀਂ ਦਿਓਗੇ ਤਾਂ ਉਹਨਾਂ ਨੂੰ ਪਤਾ ਨਹੀਂ ਲੱਗੂਗਾ ਕਿ ਵਧੀਆ ਕੰਟੈਂਟ ਆ ਅੰਦਰ ਹੈ ਨਾ ਤੁਹਾਨੂੰ ਸਟੋਰੀ ਦਿਖਾਉਣੀ ਵੀ ਆ ਅਤੇ ਛੁਪਾਉਣੀ ਵੀ ਆ ਇਟਸ ਅ ਵੈਰੀ ਗੁੱਡ ਮਿਕਸ ਆਫ ਆਲ ਦ ਥਿੰਗਸ ਨਾਲੇ ਤੁਹਾਡੇ ਗਾਣੇ ਵੀ ਰਿਵੀਲ ਹੁੰਦੇ ਆ ਤੁਹਾਡਾ ਐਨਰਜੀ ਇੱਕ ਪਤਾ ਲੱਗ ਜਾਂਦੀ ਹੈ ਫਿਲਮ ਦੀ ਐਨਰਜੀ ਕੀ ਹੋਊਗੀ ਹੈ ਨਾ ਤਾਂ ਮੈਂ ਐਕਚੁਅਲੀ ਹੁਣੇ ਜਦੋਂ ਆਪਾਂ ਇੰਟਰਵਿਊ ਲਈ ਆ ਰਹੇ ਸੀ ਮੈਂ ਉਹਨੂੰ ਉਹੀ ਕਿਹਾ ਮੈਂ ਕਿਹਾ ਸਭ ਤੋਂ ਜ਼ਰੂਰੀ ਚੀਜ਼ ਨਾ ਫਿਲਮ 'ਚ ਬਾਕੀ ਸਾਰਾ ਕੁਝ ਛੱਡ ਦਿਓ ਟ੍ਰੇਲਰ ਆ
ਕਿ ਜੇ ਲੋਕਾਂ ਨੂੰ ਟ੍ਰੇਲਰ ਦੇਖ ਕੇ ਆ ਲੱਗ ਗਿਆ ਨਾ ਕਿ ਆਪਾਂ ਫਿਲਮ ਦੇਖਣ ਆਉਣੀ ਆ ਤਾਂ ਸਾਰਾ ਕੁਝ ਮਤਲਬ ਤੁਹਾਡਾ 50% ਗੇਮ ਸੈੱਟ ਹੋਇਆ। ਬਹੁਤ ਸੋਹਣਾ ਟ੍ਰੇਲਰ ਕੱਟਿਆ ਗਿਆ ਐਂਡ ਟ੍ਰੇਲਰ 'ਚ ਨਾ ਵਿਖਾਇਆ ਜਾ ਰਿਹਾ ਕਿ ਤੁਸੀਂ ਰਿਸ਼ਤਾ ਆਪਣਾ ਪੱਕਾ ਕਰਾਉਣਾ ਹੁੰਦਾ ਪਰ ਰਿਸ਼ਤਾ ਪੱਕਾ ਕਿਸੇ ਹੋਰ ਦਾ ਹੋ ਜਾਂਦਾ ਹੈ। ਓਕੇ ਸੋ ਰੀਅਲ ਲਾਈਫ 'ਚ ਕੁਝ ਐਵੇਂ ਦੀ ਸਿਚੁਏਸ਼ਨ ਆਈ ਹੋਵੇ ਕਿ ਜਿੱਥੇ ਕਰਨਾ ਕੰਮ ਕੁਝ ਹੋਰ ਸੀ ਪਰ ਹੋ ਕੁਝ ਹੋਰ ਗਿਆ? ਬਹੁਤ ਵਾਰ ਬਹੁਤ ਵਾਰੀ ਫਿਰ ਘੱਟੋ ਘੱਟ 3 ਸਿਚੁਏਸ਼ਨਸ ਤਾਂ ਦੱਸੋ ਵੀ। 3 ਜ਼ਿੰਦਗੀ ਚਪੜਾ ਦਫੜੀ ਜੀ ਕੇ ਫਟਾਫਟ ਮਤਲਬ ਮੈਂ ਜਸ ਨੂੰ ਮੈਸੇਜ ਕਰਨਾ ਤਾਂ ਮੈਂ ਮਤਲਬ ਕਿਸੇ ਹੋਰ ਨੂੰ ਕਰ ਦਿੰਦਾ ਕਿਉਂਕਿ ਹੋਰ ਵੀ ਜਸਤ ਹੁੰਦੇ ਆ ਨਾ ਤਾਂ ਏਦਾਂ ਮੇਰੇ ਨਾਲ ਬਹੁਤ ਆਇਆ ਇੱਕ ਤਾਂ ਇਹ ਤੇ ਦੂਜਾ ਔਨ ਸਟੇਜ ਮੇਰੇ ਨਾਲ ਐਂ ਬਹੁਤ ਵਾਰੀ ਹੋਇਆ ਕਿ ਕਿਉਂਕਿ ਇਹ ਮਤਲਬ ਘੱਟ ਤੋਂ ਘੱਟ ਵੀ ਸਾਰੇ ਗਾਣੇ ਦਿਮਾਗ 'ਚ ਰੱਖੇ ਹੁੰਦੇ ਮੈਂ ਕਾਪੀ ਨਹੀਂ ਰੱਖਦਾ ਤਾਂ ਕਈ ਵਾਰੀ ਹੋਇਆ ਕਿ ਮੈਂ ਗਾਣਾ ਕੋਈ ਗਾ ਰਿਹਾ ਉਹਨਾਂ ਵਿੱਚ ਲਾਈਨ ਕੋਈ ਹੋਰ ਚੱਕ ਲੈਣ ਸੋ ਇਹ ਕਈ ਵਾਰ ਹੋਇਆ ਔਰ ਦੋ ਸਿਚੁਏਸ਼ਨਾਂ ਮੈਨੂੰ ਯਾਦ ਨਹੀਂ ਹੁਣ ਤੁਸੀਂ ਦੱਸ ਦਿਓ ਯਾਰ ਪਲੀਜ਼। ਮੇਰੇ ਨਾਲ ਐਕਚੁਅਲੀ ਰੀਅਲ ਲਾਈਫ 'ਚ ਆ ਹੋਇਆ ਜਦੋਂ ਮੈਂ ਸਕੂਲ 'ਚ ਸੀ ਨਾ ਤਾਂ ਮੈਂ ਟਿਊਸ਼ਨ ਜਾਂਦੀ ਹੁੰਦੀ ਸੀ ਉੱਥੇ ਦੋ ਮੁੰਡੇ ਸੀ ਦੋਨੋਂ ਬਾਈਕ 'ਤੇ ਆਉਂਦੇ ਸੀ ਇਕੱਠੇ ਦੋਨੋਂ ਬੈਸਟ ਫਰੈਂਡ ਸੀ ਹੈ ਨਾ ਅਤੇ ਉਦੋਂ ਲੈਂਡਲਾਈਨ ਹੁੰਦੀ ਸੀ ਤੁਹਾਨੂੰ ਪਤਾ ਨਹੀਂ ਸੀ ਕਿ ਮਤਲਬ ਕਿਹਦਾ ਫੋਨ ਆ ਰਿਹਾ ਕਿਹਦਾ ਨਹੀਂ ਆ ਰਿਹਾ ਹੈ ਨਾ ਅਤੇ ਮੈਨੂੰ ਫੋਨ ਕਰਕੇ ਪ੍ਰਪੋਜ਼ ਇੱਕ ਨੇ ਕੀਤਾ ਗਾਲਾਂ ਦੂਜੇ ਨੇ ਖਾਧੀਆਂ ਕਿਉਂਕਿ ਮੈਨੂੰ ਲੱਗਿਆ ਉਹਨੇ ਕੀਤਾ ਅਗਲੇ ਦਿਨ ਟਿਊਸ਼ਨ 'ਤੇ ਆਇਆ ਖੜਾ ਸੀ ਮੈਂ ਕਿਹਾ ਅਗਲੀ ਵਾਰ ਮੇਰੇ ਘਰ ਫੋਨ ਨਾ ਕਰੀ ਆ ਨਾ ਕਰੀ ਮੈਨੂੰ ਲੱਗਿਆ ਦੂਜਿਆਂ ਲਈ ਕਿਉਂ ਕਰੂਗਾ ਉਹ ਤਾਂ ਸਾਊ ਬਹੁਤ ਲੱਗਦਾ ਉਹਨੇ ਕੀਤਾ ਸੀ ਫਿਰ ਬਾਅਦ 'ਚ ਫੜਿਆ ਗਿਆ ਕਦੋਂ ਫੜਿਆ ਗਿਆ ਜਦੋਂ ਉਹਨੇ ਆਪ ਹੀ ਦੱਸਿਆ ਕਹਿੰਦਾ ਮੈਂ ਕੀਤਾ ਹੀ ਨਹੀਂ ਕਹਿੰਦਾ ਆਈ ਐਮ ਨੋਟ ਇੰਟਰਸਟਿਡ ਥੋੜ੍ਹੀ ਬੇਇੱਜ਼ਤੀ ਫੀਲ ਹੋਈ ਬਟ ਫਿਰ ਵੀ ਮੈਨੂੰ ਉਦੋਂ ਰਿਅਲਾਈਜ਼ ਹੋਇਆ ਕਿ ਦੂਜੇ ਵਾਲਾ ਸੀ ਐਂਡ ਟਾਈਟਲ ਇਜ਼ ਸਹੁਰਿਆਂ ਦਾ ਪਿੰਡ ਆ ਗਿਆ ਜਦੋਂ ਤੁਸੀਂ ਪਹਿਲੀ ਵਾਰੀ ਆਪਣੇ ਸਹੁਰਿਆਂ ਦੇ ਪਿੰਡ ਗਏ ਸੀ ਉਹ ਐਕਸਪੀਰੀਅੰਸ ਕਿਵੇਂ ਦਾ ਸੀ ਪਿੰਡ ਤਾਂ ਮੈਂ ਗਈ ਨਹੀਂ ਚਲੋ ਤੁਸੀਂ ਸਹੁਰਿਆਂ ਦੇ ਗਏ ਸੀ ਸਹੁਰਿਆਂ ਦੇ ਸ਼ਹਿਰ ਮੈਂ ਟਾਈਟਲ ਐਵੇਂ ਵਿੱਚ ਐਡਜਸਟ ਕਰਤਾ ਮੇਰੀ ਜਿਹੜੀ ਦੋ ਬੈਸਟ ਫਰੈਂਡਸ ਨੇ ਸਿੱਧੀ ਔਰ ਨੀਨੋ ਉਹ ਮੇਰੇ ਨਾਲ ਹੀ ਗਈ ਸੀ ਹੈ ਕਿਉਂ ਪਤਾ ਨਹੀਂ ਸਾਡੀ ਐਕਚੁਅਲੀ ਰਿਸੈਪਸ਼ਨ ਦਿੱਲੀ ਸੀ ਮੈਂ ਉਹਨਾਂ ਨੂੰ ਕਿਹਾ ਮੇਰੇ ਨਾਲ ਹੀ ਚੱਲੋ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਵਿਆਹ ਹੋਗਾ ਮੇਰੀ ਵਿਆਹ ਲਈ ਕੋਈ ਫੀਲਿੰਗ ਹੀ ਨਹੀਂ ਸੀ ਲਾਈਫ 'ਚ ਮੈਨੂੰ ਲੱਗਦਾ ਮੈਂ ਤਾਂ ਆਪਣੇ ਆਪ 'ਚ ਹੀ ਬਹੁਤ ਬਿਜ਼ੀ ਸੀ ਸ਼ੂਟ ਤੋਂ ਆਈ ਮੰਮਾ ਨੇ ਕਿਹਾ ਤਿਆਰ ਹੋ ਜਾ ਮੈਂ ਤਿਆਰ ਹੋ ਗਈ ਕਹਿੰਦੇ ਬਹਿ ਜਾ ਮੈਂ ਬਹਿ ਗਈ ਅਤੇ ਚੱਲ ਮੈਂ ਚੱਲ ਪਈ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੇਰਾ ਵਿਆਹ ਸੀ ਮੈਂ ਮੇਰੇ ਹਿਸਾਬ ਨਾਲ ਤਾਂ ਮੈਂ ਪਤਾ ਨਹੀਂ ਸ਼ਾਇਦ ਆਪਦੀ ਕਿਸੀ ਫਰੈਂਡ ਦੇ ਵਿਆਹ 'ਤੇ ਆਈ ਹੋਈ ਸੀ ਮੈਂ ਕਿਹਾ ਤੁਸੀਂ ਦਿੱਲੀ ਕੱਲ੍ਹ ਆਉਣਾ ਰਿਸੈਪਸ਼ਨ ਲਈ ਤੁਸੀਂ ਨਾਲ ਹੀ ਚੱਲੋ ਕਹਿੰਦੀ ਓਕੇ ਉਹਨਾਂ ਨੇ ਵੀ ਆਪਦਾ ਬੈਗ ਚੁੱਕਿਆ ਮੇਰੇ ਨਾਲ ਹੀ ਆ ਗਈਆਂ ਅਤੇ ਮਤਲਬ ਉਵੇਂ ਦਾ ਸੀ ਮੇਰੇ ਕੋਈ ਬਹੁਤ ਆਈ ਮੈਮਰੀ ਆ ਕੋਈ ਬਹੁਤ ਹੀ ਮੈਂ ਅਜੀਬ ਕੁਛ ਨਹੀਂ ਕੀਤਾ ਓਕੇ ਠੀਕ ਹੈ ਐਂਡ ਜਦੋਂ ਜਵਾਈ ਨਵਾਂ ਨਵਾਂ ਸਹੁਰਿਆਂ ਦੇ ਪਿੰਡ ਜਾਂਦਾ ਤੁਹਾਡੇ ਅਕੋਰਡਿੰਗ ਉਹਦੀ ਐਕਸਪੈਕਟੇਸ਼ਨਸ ਕੀ ਹੁੰਦੀਆਂ ਨੇ ਸਹੁਰਿਆਂ ਤੋਂ ਮੈਨੂੰ ਲੱਗਦਾ ਕਿ ਜਵਾਈ ਨਾ ਹੀ ਹੁੰਦਾ ਵੀ ਯਾਰ ਮੈਨੂੰ ਸਭ ਤੋਂ ਪਹਿਲਾਂ ਰੂਮ ਸਹੀ ਮਿਲ ਜਾਵੇ ਰੋਟੀ ਵਧੀਆ ਮਿਲ ਜਾਵੇ ਇੱਕ ਐਂ ਨਵੀਂ ਜਿਹੀ ਥਾਂ 'ਤੇ ਜਾਣਾ ਅਤੇ ਇਹ ਵੀ ਹੁੰਦਾ ਹੋਏਗਾ ਕਿ ਆਫਕੋਰਸ ਰਿਸਪੈਕਟ ਮਿਲੇ ਮੈਨੂੰ ਲੱਗਦਾ ਗੁਰਨਾਮ ਤੋਂ ਸਭ ਤੋਂ ਜ਼ਿਆਦਾ ਖਾਣੇ ਤੋਂ ਸੀ ਖਾਣਾ ਵਧੀਆ ਮੈਂ ਕਹਿੰਦਾ ਹਾਂ ਮੈਂ ਤਾਂ ਜੇ ਕਦੀ ਮੇਰਾ ਵਿਆਹ ਹੋਇਆ ਤਾਂ ਮੈਂ ਤਾਂ ਇਹੀ ਐਕਸਪੈਕਟ ਕਰਦਾ ਵੀ ਮੇਰੇ ਸਹੁਰਿਆਂ ਦੇ ਫੂਡ ਵਧੀਆ ਮਿਲਦਾ ਹੋਵੇ ਵਿਚਾਰੇ ਜਦੋਂ ਨੂੰ ਪਹਿਲੀ ਵਾਰੀ ਸਹੁਰਿਆਂ ਦੇ ਜਾਂਦੀ ਆ ਤੇ ਉਹਦੀ ਐਕਸਪੈਕਟੇਸ਼ਨਸ ਕੀ ਹੁੰਦੀਆਂ ਨੇ ਹੁੰਦੀਆਂ ਕੁਛ ਹੁੰਦੀਆਂ ਨੇ ਮੇਰਾ ਤਾਂ ਵਿਆਹ ਨਹੀਂ ਹੋਇਆ ਮੈਨੂੰ ਨਹੀਂ ਪਤਾ ਤੇ ਮੇਰੀ ਕੋਈ ਹੁੰਦੀਆਂ ਨਹੀਂ ਮੈਂ ਤਾਂ ਵੈਸੇ ਹੀ ਕਿਸੇ ਤੋਂ ਕੋਈ ਐਕਸਪੈਕਟੇਸ਼ਨ ਨਹੀਂ ਹੁੰਦੀ ਓਕੇ ਐਂਡ ਨਾ ਇਹ ਗੱਲ ਤੇ ਮੰਨਣੀ ਪੈਗੀ ਸਰਗੁਣ ਤੁਹਾਡੀ ਨਾ ਇੰਡਸਟਰੀ 'ਚ ਸਾਰਿਆਂ ਦੇ ਨਾਲ ਬਣਦੀ ਹੈ ਸੋ ਗੁਰਨਾਮ ਤੁਹਾਨੂੰ ਕੀ ਲੱਗਦਾ ਕਿ ਸਰਗੁਣ 'ਚ ਇਹੋ ਜਿਹੀ ਕਿਹੜੀ ਕੁਆਲਿਟੀ ਹੈ ਜੋ ਲੋਕਾਂ ਨਾਲ ਯੂ ਨੋ ਬੌਂਡ ਵਧੀਆ ਬਣਾਉਂਦੀ ਹੈ ਉਹਨਾਂ ਦਾ ਮੈਂ ਲੜਦੀ ਵੀ ਹਾਂ ਮੈਂ ਇਹਦੇ ਨਾਲ ਵੀ ਲੜੀ ਸੀ ਬਟ ਇਹੋ ਜਿਹਾ ਕੋਈ ਨਹੀਂ ਆ ਜੋ ਇਹ ਮੇਰੇ ਨਾਲ ਹੀ ਲੜਦੀ ਹੈ ਮੈਂ ਕਿਉਂ ਮੈਂ ਐਮੀ ਨਾਲ ਨਾਲ ਵੀ ਲੜਦੇ ਨੇ ਮੈਂ ਤਾਂ ਬਹੁਤ ਲੜਦੀ ਹਾਂ ਸੋ ਕਿਹੜੀ ਕੁਆਲਿਟੀ ਹੈ ਇਹਨਾਂ ਦੀ ਜੋ ਬੌਂਡ ਵਧੀਆ ਬਣਾਉਣ 'ਚ ਹੈਲਪ ਕਰਦੀ ਹੈ ਇਹ ਤਾਂ ਮੈਨੂੰ ਲੱਗਦਾ ਕਿ ਕੁੜੀ ਕੁੜੀ ਜੀ ਬਣ ਕੇ ਨਹੀਂ ਰਹਿੰਦੀ ਹੈ ਨਾ ਤਾਂ ਇਹਦੀ ਮੁੰਡਿਆਂ ਨਾਲ ਵੀ ਉਵੇਂ ਹੀ ਬਣਦੀ ਹੈ ਇੱਦਾਂ ਉਹ ਫਰਕ ਜਿਹਾ ਫੀਲ ਨਹੀਂ ਹੁੰਦਾ ਇਹਦੇ ਨਾਲ ਕਿ ਇਹ ਕੋਈ ਕੁੜੀ ਹੈ ਜਾਂ ਮਤਲਬ ਹੀਰੋਇਨ ਆ ਵੀ ਉਹ ਇਹੋ ਜਿਹੇ ਟੈਂਟਰਮ ਹੈ ਨਹੀਂ ਇਹਦੇ 'ਚ ਵੀ ਕਿਤੇ ਵੀ ਬਹਿ ਕੇ ਰੋਟੀ ਖਾ ਲੈਂਦੀ ਆ ਸਗੋਂ ਆਪ ਹੀ ਫੂਡ ਅੱਛਾ ਇਹਦੇ ਘਰ ਦੇ ਇਹਦੇ ਨਾਲੋਂ ਚੰਗੇ ਆ ਸਾਰੇ ਸੈੱਟਾਂ 'ਤੇ ਉਹ ਰੋਟੀ ਅਲੱਗ ਭੇਜਦੇ ਤਾਂ ਫਿਰ ਹਮੇਸ਼ਾ ਟਿਫਨ ਘਰੋਂ ਹੀ ਆਉਂਦਾ
ਜਦੋਂ ਮੈਂ ਇੱਧਰ ਹੁੰਦੀ ਹਾਂ ਚੰਡੀਗੜ੍ਹ 'ਚ ਓਕੇ ਠੀਕ ਹੈ ਐਂਡ ਇਹ ਨਾ ਇੱਦਾਂ ਦਾ ਕੋਈ ਨਹੀਂ ਹੁੰਦਾ ਜਿਹਨੂੰ ਪਿਆਰ ਨਾ ਹੋਇਆ ਹੋਵੇ ਐਂਡ ਇੱਦਾਂ ਦਾ ਵੀ ਕੋਈ ਨਹੀਂ ਹੁੰਦਾ ਜਿਹਦਾ ਹਾਰਟ ਬ੍ਰੇਕ ਨਾ ਹੋਇਆ ਹੋਵੇ ਸੋ ਤਾਂ ਪਿਆਰ 'ਚ ਹੁੰਦੇ ਹਾਂ ਅਤੇ ਜਾਨ ਦੇਣ ਤੱਕ ਵੀ ਜਾਂਦੇ ਹਾਂ ਜੇ ਐਕਸ ਬਣ ਜਾਂਦਾ ਜਦੋਂ ਤਾਂ ਜਾਨ ਲੈਣ ਤੱਕ ਵੀ ਆਉਂਦੇ ਹਾਂ ਇਹ ਟ੍ਰੇਲਰ 'ਚ ਬਾਖੂਬੀ ਵਿਖਾਇਆ ਸੋ ਤੁਹਾਡੀ ਲਾਈਫ 'ਚ ਉਹ ਸਿਚੁਏਸ਼ਨ ਜਿੱਥੇ ਤੁਸੀਂ ਆਪਣੇ ਰਿਲੇਸ਼ਨ 'ਚ ਉਹ ਸਭ ਕੁਛ ਕੀਤਾ ਜੋ ਹੁਣ ਲੱਗਦਾ ਕਿ ਯਾਰ ਇਹ ਮੈਂ ਆਊਟ ਆਫ ਦ ਵੇ ਜਾ ਕੇ ਕੀਤਾ ਐਂਡ ਇੱਕ ਹੋਰ ਚੀਜ਼ ਜੋ ਐਕਸ ਬਣਨ ਤੋਂ ਬਾਅਦ ਤੁਸੀਂ ਕੁਛ ਕੀਤਾ ਹੋਵੇ ਤਾਂ ਹੁਣ ਹੁੰਦਾ ਹੋਵੇ ਯਾਰ ਇਹ ਨਾ ਮੈਂ ਖੁੰਦਕ 'ਚ ਕਰਦਾ ਸੀ ਆ ਕੇ ਕਰਨਾ ਨਹੀਂ ਚਾਹੁੰਦਾ ਸੀ ਜਾਂ ਕਰਨਾ ਨਹੀਂ ਚਾਹੁੰਦੀ ਸੀ ਮੈਂ ਕਦੀ ਐਵੇਂ ਕੁਛ ਨਹੀਂ ਕੀਤਾ ਪਿਆਰ 'ਚ ਆ ਕੇ ਕੁਛ ਆਊਟ ਆਫ ਦ ਵੇ ਜਾ ਕੇ ਵੀ ਨਹੀਂ ਕੀਤਾ ਨਹੀਂ ਪਤਾ ਨਹੀਂ ਮੈਨੂੰ ਕੋਈ ਐਂ ਨਹੀਂ ਲੱਗਿਆ ਕਿ ਮਤਲਬ ਮੈਂ ਕਦੀ ਐਕਸ ਹਾਂ ਮਤਲਬ ਨਹੀਂ ਇਹ ਸਵਾਲ ਮੇਰੇ ਲਈ ਨਹੀਂ ਹੈਗਾ ਤੁਸੀਂ ਜਵਾਬ ਦਿਓ ਮੈਂ ਤਾਂ ਬਹੁਤ ਵਾਰੀ ਕੀਤਾ ਪਰ ਮੈਂ ਦੱਸੂੰਗੀ ਨਹੀਂ ਕਿਉਂਕਿ ਮੈਂ ਨੈਸ਼ਨਲ ਟੈਲੀਵਿਜ਼ਨ ਆਊਟ ਆਫ ਦ ਵੇ ਜਾ ਕੇ ਕੀਤਾ ਇਹ ਤਾਂ ਹਰ ਕੋਈ ਜਦੋਂ ਮੇਰੀ ਬੈਸਟ ਫਰੈਂਡ ਨੂੰ ਇੱਕ ਵਾਰੀ ਮੈਨੂੰ ਤੇ ਮੇਰੀ ਬੈਸਟ ਫਰੈਂਡ ਨੂੰ ਇੱਕ ਵਾਰੀ ਇੱਕੋ ਹੀ ਮੁੰਡਾ ਪਸੰਦ ਆ ਗਿਆ ਸੀ ਓਕੇ ਉਦੋਂ ਆਪਾਂ ਟਿਊਸ਼ਨ 'ਚ ਨਾ ਬੁੱਕ ਉਦੋਂ ਨਾ ਬਹੁਤ ਟੌਰ ਹੁੰਦੀ ਸੀ ਕਿ ਮੁੰਡੇ ਆਪਦੀ ਬੁੱਕ ਨਹੀਂ ਲੈ ਕੇ ਆਉਂਦੇ ਕਿ ਮੈਥਸ ਦੀ ਬੁੱਕ ਦਾ ਮਤਲਬ ਉਹ ਲੈ ਕੇ ਆਉਣਗੇ ਤਾਂ ਉਹਨਾਂ ਦੀ ਟੌਰ ਮੇ ਵੀ ਘੱਟ ਹੋ ਜਾਊਗੀ ਅੱਛਾ ਅਤੇ ਮੈਂ ਆਪਦੀ ਬੈਸਟ ਫਰੈਂਡ ਦੀ ਬੁੱਕ ਛੁਪਾ ਦਿੱਤੀ ਸੀ ਕਿਉਂਕਿ ਆਪਾਂ ਇਕੱਠੇ ਜਾਂਦੇ ਸੀ ਤਾਂ ਕਿ ਜਦੋਂ ਮੈਂ ਟਿਊਸ਼ਨ 'ਤੇ ਜਾਵਾਂ ਅਤੇ ਉਹ ਪੁੱਛੇ ਕਿ ਕਿਸੇ ਦੇ ਕੋਲ ਬੁੱਕ ਆ ਤਾਂ ਮੈਂ ਕਹਾਂ ਮੇਰੇ ਕੋਲ ਤਾਂ ਆਪਾਂ ਸ਼ੇਅਰ ਕਰ ਲਈਏ ਸਪੋਜ਼ ਕਰੋ ਕਿ ਤੁਸੀਂ ਸਟਰਗਲਿੰਗ ਐਕਟਰ ਹੋ ਐਂਡ ਤੁਸੀਂ ਸਰਗੁਣ ਤੋਂ ਕੰਮ ਲੈਣਾ ਹੈ ਕੰਮ ਮੰਗਣ ਆਏ ਹੋ ਤੁਸੀਂ ਠੀਕ ਹੈ ਸੋ ਹੁਣ ਤੁਸੀਂ ਕਿਵੇਂ ਆਪਣੇ ਆਪ ਨੂੰ ਯੂ ਨੋ ਪ੍ਰੈਜ਼ੈਂਟ ਕਰੋਗੇ ਐਂਡ ਕਨਵਿੰਸ ਕਰੋਗੇ ਸਰਗੁਣ ਨੂੰ ਕਿ ਤੁਸੀਂ ਉਹਨਾਂ ਨੂੰ ਕੰਮ ਦੇ ਦਿਓ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਂ ਜੀ ਮੈਂ ਮੇਰੇ ਗਾਣੇ ਆਏ ਤਾਂ ਮੈਨੂੰ ਫਿਲਮ 'ਚ ਲੈ ਲਓ ਵਧੀਆ ਚੱਲੇ ਆ ਮੈਂ ਐਕਟਿੰਗ ਵੀ ਕਰ ਲੈਂਦਾ ਥੀਏਟਰ ਵੀ ਕੀਤਾ ਸਕੂਲ ਤੋਂ ਥੀਏਟਰ ਕਰ ਰਿਹਾ ਜੀ ਤੁਸੀਂ ਮੇਰਾ ਆਡੀਸ਼ਨ ਲੈ ਲਓ ਆਡੀਸ਼ਨ ਨਹੀਂ ਲੈਣਾ ਸਿੰਪਲ ਜੀ ਗੱਲ ਆ ਤੇਰੇ ਚਾਰ ਗਾਣੇ ਮੈਂ ਗਾਉਂ ਠੀਕ ਹੈ ਜੀ ਡਨ ਡਨ ਤੇ ਤੂੰ ਪੰਜ ਗਾਣਿਆਂ 'ਚ ਫੀਚਰ ਵੀ ਕਰੂਗਾ ਅਤੇ ਛੇ ਗਾਣੇ ਆਪਾਂ ਡੂਇਟ ਕਰਾਂਗੇ ਅਤੇ ਚਾਰ ਮੇਰੇ ਸੋਲੋ ਠੀਕ ਹੈ ਤੁਸੀਂ ਉੱਦਾਂ ਹੀ ਕਰੀਅਰ ਬਰਬਾਦ ਕਰੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਾ ਮਨਜ਼ੂਰ ਹੈ ਤੂੰ ਤੂੰ ਤੈਨੂੰ ਆਡੀਸ਼ਨ ਦੇਣ ਦੀ ਲੋੜ ਨਹੀਂ ਪਊਗੀ ਡਨ ਜੀ ਚਲੋ ਮੇਰੀ ਵੀ ਫਿਲਮ ਸਾਰੇ ਹੋਣਾ ਬਹੁਤ ਸੌਖਾ ਅਗਲਾ ਆਡੀਸ਼ਨ ਮੈਂ ਵੀ ਦਿੰਦੀ ਹਾਂ ਜੇ ਤੁਹਾਨੂੰ ਤੁਹਾਡਾ ਕੋਈ ਡ੍ਰੀਮ ਪ੍ਰੋਜੈਕਟ ਕਰਨ ਦਾ ਮੌਕਾ ਮਿਲੇ ਐਂਡ ਬਜਟ ਵੀ ਖੁੱਲ੍ਹਾ ਡੁੱਲਾ ਹੋਵੇ ਅਤੇ ਉਸ ਫਿਲਮ 'ਚ ਡਾਇਰੈਕਟਰ ਕੌਣ ਹੋਏਗਾ ਰਾਈਟਰ ਕੌਣ ਹੋਏਗਾ ਅਤੇ ਐਕਟਰ ਕੌਣ ਹੋਏਗਾ ਤੁਹਾਡੇ ਅਕੋਰਡਿੰਗ ਐਂਡ ਉਸ ਫਿਲਮ ਦਾ ਟਾਈਟਲ ਕੀ ਹੋਏਗਾ ਸਬਜੈਕਟ ਕੀ ਹੋਏਗਾ ਲੈ ਹੋਰ ਮੈਂ ਪ੍ਰੈਡਿਕਟ ਕਰਕੇ ਬਾਕਸ ਆਫਿਸ ਵੀ ਨਾ ਦੱਸਦਾ ਥੋੜ੍ਹੀ ਜਿਹੀ ਸਟੋਰੀ ਲਿਖ ਕੇ ਐਡੇ ਸਵਾਲਾਂ ਦੇ ਜਵਾਬ ਕਿਵੇਂ ਦਵਾਂ ਮੈਨੂੰ ਹੀਰੋ ਪਤਾ ਬਸ ਹੀਰੋ ਕੌਣ ਸ਼ਾਹਰੁਖ ਖਾਨ ਸ਼ਾਹਰੁਖ ਖਾਨ ਠੀਕ ਹੈ ਡਾਇਰੈਕਟਰ ਕੋਈ ਫਰਕ ਨਹੀਂ ਫਿਰ ਕੋਈ ਫਰਕ ਨਹੀਂ ਰਾਈਟਰ ਸਾਰ ਕੋਈ ਫਰਕ ਹੀ ਨਹੀਂ ਡ੍ਰੀਮ ਪ੍ਰੋਜੈਕਟ ਦੀ ਗੱਲ ਕਰੋ ਮੇਰਾ ਡ੍ਰੀਮ ਸ਼ਾਹਰੁਖ ਖਾਨ ਆ ਬਸ ਰੋਮਾਂਟਿਕ ਹੋਣੀ ਚਾਹੀਦੀ ਰੋਮਾਂਟਿਕ ਹੋਣੀ ਚਾਹੀਦੀ ਠੀਕ ਹੈ ਗਾਣੇ ਢੇਰ ਸਾਰੇ ਰੋਮਾਂਸ ਵਾਲੇ ਹੋਣੇ ਚਾਹੀਦੇ ਫਨ ਨੱਚਣ ਵਾਲੇ ਉਹ ਮੇਰੀ ਅੱਖਾਂ 'ਚ ਦੇਖੇ ਬਸ ਫਿਰ ਜੇ ਜੇ ਉਹਦੇ 'ਚ ਕੋਈ ਕੈਮਿਓ ਆ ਨਹੀਂ ਚਲੋ ਰਹਿਣ ਦਿਓ ਨਹੀਂ ਦੱਸੋ ਰਿਤਿਕ ਆ ਜਾਏ ਜੇ ਵਿੱਚ ਥੋੜ੍ਹਾ ਜਿਹਾ ਠੀਕ ਹੈ ਜੇ ਇੱਕ ਗਾਣਾ ਗਾਣਾ ਤਾਂ ਫਵਾਦ ਖਾਨ ਫਵਾਦ ਖਾਨ ਠੀਕ ਹੈ ਓਕੇ ਉਹ ਬਸ ਉਸ ਫਿਲਮ 'ਚ ਮੈਨੂੰ ਐਸੋਸੀਏਟ ਰੱਖ ਲਓ ਤੁਸੀਂ ਆਪਦਾ ਜਵਾਬ ਦਿਓ ਮੈਨੂੰ ਜੇ ਖੁੱਲ੍ਹਾ ਬਜਟ ਮਿਲੇ ਕੀ ਹੈ ਤਾਂ ਮੈਂ ਤਾਂ ਮੇਰੀ ਹਮੇਸ਼ਾ ਉਹ ਹੈ ਕਿ ਸੰਜੇ ਲੀਲਾ ਭੰਸਾਲੀ ਨਾਲ ਮੈਨੂੰ ਕਦੀ ਕੰਮ ਕਰਨ ਦਾ ਮੌਕਾ ਮਿਲੇ ਜਾਂ ਇਮਤਿਆਜ਼ ਅਲੀ ਨਾਲ ਠੀਕ ਹੈ ਐਂਡ ਐਕਟਰ ਕੌਣ ਹੋਏਗਾ ਫੀਮੇਲ ਐਕਟਰ ਐਕਟਰ ਤਾਂ ਮੈਂ ਹੀ ਹੋਊਂਗਾ ਐਕਟਰ ਕੌਣ ਹੋਏਗਾ ਕੌਣ ਹੋਏਗੀ ਹਾਂ ਫੀਮੇਲ ਐਕਟਰ ਦਾ ਯਾਰ ਮੈਂ ਤਾਂ ਸੋਚਿਆ ਨਹੀਂ ਮੈਂ ਡਾਇਰੈਕਟਰ ਬਾਰੇ ਸੋਚਿਆ ਜ਼ਿਆਦਾ ਠੀਕ ਹੈ ਉਹ ਜਿਹੜੀ ਉਹਨਾਂ ਨੂੰ ਪਸੰਦ ਆਊ ਸਬਜੈਕਟ ਕਿਵੇਂ ਦਾ ਹੋਣਾ ਚਾਹੀਦਾ ਸਬਜੈਕਟ ਮੈਨੂੰ ਲੱਗਦਾ ਕਿ ਜੇ ਸੰਜੇ ਲੀਲਾ ਭੰਸਾਲੀ ਨਾਲ ਕੀਤੀ ਤਾਂ ਉਹਨਾਂ ਨਾਲ ਉਹ ਵਾਲਾ ਹੋਣਾ ਚਾਹੀਦਾ ਉਦਾਂ ਦਾ ਦਿਲ ਹਮ ਦਿਲ ਦੇ ਚੁੱਕੇ ਸਨਮ ਵਰਗਾ ਤੇ ਇਮਤਿਆਜ਼ ਅਲੀ ਜੀ ਨਾਲ ਕੀਤੀ ਤਾਂ ਰੌਕ ਸਟਾਰ ਵਰਗੀ ਫਿਲਮ ਹੋਣੀ ਚਾਹੀਦੀ ਹੈ ਐਂਡ ਅੱਗੇ ਆਪਾਂ ਨਾ ਆਡੀਅੰਸ ਦੇ ਕੁਐਸਚਨ ਹੁੰਦੇ ਨੇ ਜਿਨ੍ਹਾਂ ਦੇ ਤੁਸੀਂ ਜਵਾਬ ਦੇਣੇ ਹੁੰਦੇ ਨੇ ਬਟ ਅੱਜ ਸਾਡੇ ਕੋਲ ਫਿਲਮ ਦੇ ਡਾਇਰੈਕਟਰ ਦੇ ਕੁਝ ਕੁਐਸਚਨਸ ਨੇ ਜਿਨ੍ਹਾਂ ਤੇ ਤੁਸੀਂ ਜਵਾਬ ਦੇਣੇ ਨੇ ਓ ਮਾਈ ਗੋਡ ਸ਼ਿਤਿਜ ਹੈਲੋ ਗੁਰਨਾਮ ਭਾਜੀ
एक क्वेश्चन मैं थानू पूछना चाहना, तुसी बड़े स्वीट, क्यूट, ग्राउंडेड, बहुत ही वधिया इंसान हो जिहड़ा कि जिंदगी किसी का दिल नहीं दुखा सकता। मैं थोड़ा ये पूछना चाहता, ऑन स्क्रीन जे थानू किसी नू कुटना पै जाए कि खुंदक कढ़ोगे? जवाब देना पड़ना, चंगे नहीं बनना। पर यार मैं नहीं कुटना चाहता किसी ने फिल्म इंडस्ट्री जो मैं की करा। तुहानू की लगता कि गुरनाम किहदा नाम लैणगे? कोई है जो मेरा दुश्मन है ही नहीं। जे तुहानू मौका मिले कुंदा कढ़न दा? है ये बहुत सारे बंदे सुने नहीं। मेरा तो सवाल ही नहीं, तो मैं जवाब क्यों देवा? मैं तुहानू सवाल पूछ लिया। इन्नू कुट दूंगी मैं। कोई भी नहीं। कोई है किन्नू कुटा? मैं हुण नहीं लग रहा कोई कुटण वाला। जो तू सोचो आपा दूजा क्वेश्चन लगा देता। सॉरी। हेलो सरगुण जी, सब तो पहले तो थानू बहुत बहुत मुबारक सौंकण सौंकने के लिए। बहुत वधिया परफॉर्मेंस है तुहाडी, वर्सेटाइल एक्टर हो तुसीं ते प्रोड्यूसर भी हो इस फिल्म दे तुसीं। बहुत बहुत मुबारक थानू, एडवांस के विच ही मुबारक। एक होर थोड़ी फिल्म आ रही 8 जुलाई में, सौरियां का पिंड आ गया, फिल्म लग रही है, वो भी एडवांस के भी सानू मुबारक। तो सरगुण जी थोड़ा एक क्वेश्चन पूछना चाहता, एक्टर तो तुसीं बहुत कमाल हो, एक जो कॉन्फिडेंस मैं थोड़े देखा एज प्रोड्यूसर भी, तुसीं सीरियल भी बना रहे हो, फिल्म प्रोड्यूस कर रहे हो, एक्टिंग तुसीं इन्ने ज़्यादा बिजी हो, ये विश्वास, आत्म विश्वास, कॉन्फिडेंस, ये राज की है, कितों लैके आते हो? थोड़ा मैं ब्यूटी का क्वेश्चन नहीं पूछूंगा, आ नहीं पूछूंगा इन्ने गुड लुकिंग यंग किमें दिखते हो, आ जवाब जरूर दे, यदि लोग हैं मैंने बहुत ज़्यादा लोग कॉन्फिडेंस। आई थिंक रवि करके मेरे से इन्ना कॉन्फिडेंस है, क्योंकि जब तक मैं रवि नहीं मिली सी मैनू भी नहीं पता सी कि मैं कुछ कर सकती हाँ। उन्हें मैंने बहुत बारी दसिया कि नहीं यू कैन डू इट, है ना। तो आई थिंक एक जरा साथ होंगे वो बंदा बंदा ग्रो करता है। हाँ जी, मैं आई थिंक मेरी फैमिली भी मैनू आए सपोर्ट कर दी, उन्होंने लगता है कि हाँ वधिया है ना, सारे चक्की रेंगे कहते नहीं नहीं हो जूगा कर ल। कदे डराया नहीं मैनू, कदे आ नहीं कहा कि नहीं होया तो की होजूगा, कि लॉस हो गया तो की होजूगा, कि नहीं चलिया तो की होजूगा। लाइक मेरे पापा ने भी जो मैं पहली बार ऑडिशन देन गई से, पापा कहते की होजूगा, नहीं होगा कुछ होर कर ली, नहीं होगा कुछ होर कर ली, कि कहड़ा जिंदगी मुक गई, नहीं होगा तो कुछ होर कर ली, कोई नहीं चक मतलब चक के रखो काम। तो उन्होंने कदे मैनू डर नहीं दिता गिरन दा। बहुत बारी गिरी हाँ मैं ना, बहुत बारी नुकसान भी होया मेरा, बहुत नुकसान भी फाइनैंशियली भी होया, बट उसके बाद भी मतलब मैंने सारे ने आही कहा कहते कोई गल नहीं, कहते च हुंदा रहिंदा, आ तो चलता रहूगा, बस करते रहो। तो आई थिंक दैट एंड बहुत बारी ना आर्टिस्ट नवियां फिल्म नवे टॉपिक्स ते फिल्म चूज करता है आ सोच के कि पंजाबी इंडस्ट्री च कुछ फ्रेशनेस, कुछ नवापन आएगा, बट वो फिल्म उन्नी हिट नहीं जा पाती, फिर वो फीलिंग की होंगी है? ये मैं हौली हौली रियलाइज़ किया कि कम करन नाल ते हिट फ्लॉप होण नाल दो सवाल ही अलग ने, रास्ते ही अलग ने। किहड़ी चीज़ किन्नी हिट होंदी थोनू ही नहीं पता होंदा, है ना। कोई मतलब जिहदे तों तुसीं कई वारी इंडस्ट्री नूं सारिआं नूं दिमाग वालिआं नूं बहुत घट उम्मीदां होंदीआं, वह आके ठा पटाका मार दिंदा, किसी दे तुसीं बहुत ऐ जोर ला दें, प्रमोशन कर लो, ऐ कर लो, और ये सक्सैस का कोई वैल्यूएशन, कोई डेफिनेशन बनी नहीं अज तक। मैं इंज लगता कि कितना कितने इफेक्ट करती है ये चीज़ थोड़े माइंड में, मैं निगलैक्ट नहीं करता इस चीज़ को। एक फिल्म हिट होंगी तो थोड़ा कॉन्फिडेंस बहुत वे लैवल होंगे, और शायद लोग नहीं थोड़े मुँह से आके बोलते, पर अपने आप में ए लगन लग जाता कि जो तुम थोड़ी लास्ट हिट है तो तुम ए तन के तुरते हैं कि यार ठीक है मैं हिट दी है। जो थोड़ी बाय चांस फिल्म उत्ते थले हुई हो थोड़ा ए लगता कि यार मैं अगला बंदा डाउट नाल देख रहा। हाँ हौली हौली तुम ये सिचुएशन हैंडल करना सीख जाते हाँ, पर यह हा थोड़े हाथ च है नहीं। मैं ए लगता कि ना तो मंगण नाल कुछ मिलता ना करन नाल कुछ होंगे। सो मैं डेस्टिनी का बहुत वड्डा बिलीवर हाँ, मैंने ए लगता कि जो होना उ होना, तो बैटर है कि जोड़ा थोड़े को माण लो। एक्चुअली मैं लगता है कि कदे कदे साड़ी भी गलती होंगी है, क्योंकि जो आप कोई नवा सबजैक्ट लैके आने जिमें आई थिंक किस्मत एक नवे तरीके की फिल्म सी, है ना, बट क्योंकि आपूदी प्रेजेंटेशन वधिया सी, है ना, वो एंटरटेनिंग भी सी, तो उन्हें आपका मकसद पूरा किया फिल्म ने, तो वो फिल्म चली। उ भी मैं लगता है झले बहुत वधिया फिल्म सी, बट साढ़े तो गलतियाँ हुई
ਉਹ ਮੈਂ ਹੁਣ ਜਾ ਕੇ ਰਿਅਲਾਈਜ਼ ਕਰਦੀ ਹਾਂ ਕਿ ਅੱਛਾ ਨਹੀਂ ਆਪਾਂ ਇਹਦੀ ਥਾਂ 'ਤੇ ਆ ਕਰ ਸਕਦੇ ਸੀ, ਇਹਦੀ ਥਾਂ 'ਤੇ ਆ ਕਰ, ਤਾਂ ਕੀ ਹੁੰਦਾ ਇੱਕ ਵਧੀਆ ਫਿਊਜ਼ਨ ਹੋ ਜਾਂਦਾ ਕਿ ਤੁਸੀਂ ਇੱਕਦਮ ਕਿਸੇ ਬੰਦੇ ਨੂੰ ਇੱਕ ਨਵੀਂ ਚੀਜ਼ ਦਿਓਗੇ ਜਾਂ ਹੌਲੀ ਹੌਲੀ ਉਹਨੂੰ ਥੋੜ੍ਹਾ ਜਿਹਾ ਪੁਰਾਣਾ ਥੋੜ੍ਹਾ ਜਿਹਾ ਨਵਾਂ ਮਿਕਸ ਕਰਕੇ ਦਿਓਗੇ ਤਾਂ ਉਹ ਡਾਇਜੈਸਟ ਹੋ ਜਾਂਦੀ ਹੈ ਚੀਜ਼, ਹੈ ਨਾ। ਕਹਿਣ ਨੂੰ ਤਾਂ ਅਰਦਾਸ ਜਿਹੀਆਂ ਫਿਲਮਾਂ ਨਹੀਂ ਚੱਲਣੀਆਂ ਚਾਹੀਦੀਆਂ ਸਾਡੀ ਇੰਡਸਟਰੀ 'ਚ, ਪਰ ਚੱਲੀਆਂ, ਹੈ ਨਾ। ਆਈ ਥਿੰਕ ਕਿ ਸਾਡੇ 'ਚ ਕਪੈਸਿਟੀ ਹੈਗੀ ਆ ਨਵੀਆਂ ਫਿਲਮਾਂ ਕੰਟੈਂਟ ਕਰਨ ਦੀਆਂ, ਬਟ ਕਿਉਂਕਿ ਆਡੀਅੰਸ ਇੱਕੋ ਦਮ ਐਕਸੈਪਟ ਨਹੀਂ ਕਰਦੀ, ਹੈ ਨਾ, ਤੁਹਾਨੂੰ ਉਹ ਰਾਈਟ ਕੰਬੀਨੇਸ਼ਨ ਲੈਣਾ ਪੈਂਦਾ, ਤਾਂ ਤੁਸੀਂ ਸੋਚਦੇ ਹੋ ਕਿ ਯਾਰ ਕਰੀਏ ਨਹੀਂ ਕਰੀਏ, ਹੈ ਨਾ। ਕਿਉਂਕਿ ਤੁਸੀਂ ਵੀ ਐਟ ਦੀ ਐਂਡ ਆਫ ਦ ਡੇ ਕਰਤਾ, ਆਪਾਂ ਵੀ ਇਸੇ ਕਰਕੇ ਰਹੇ ਹਾਂ ਕਿ ਫਿਲਮਾਂ ਚੱਲਣ, ਹੈ ਨਾ। ਸੋ ਆਈ ਫੀਲ ਕਿ ਹਾਂ ਥੋੜ੍ਹੀ ਹਿਚਕਿਚਾਹਟ ਜ਼ਰੂਰ ਹੁੰਦੀ ਹੈ, ਬਟ ਉਹਦੇ 'ਚ ਆਡੀਅੰਸ ਦੀ ਵੀ ਐਡੀ ਕੋਈ ਗਲਤੀ ਨਹੀਂ, ਹੈ ਨਾ। ਲਾਈਕ ਦੇ ਆਲਸੋ ਦੇ ਹੈਵ ਟੂ ਸਪੈਂਡ ਫਰੋਮ ਦੇਅਰ ਪੋਕਿਟ, ਉਹਨਾਂ ਨੇ ਆਪਦੇ ਕਮਾਏ ਹੋਏ ਪੈਸੇ ਜਾ ਕੇ ਥੀਏਟਰ ਚਲਾਉਣੇ, ਪੂਰੀ ਫੈਮਿਲੀ ਨੂੰ ਲੈ ਕੇ ਜਾਣਾ। ਜੇ ਉਹਨਾਂ ਨੂੰ ਨਹੀਂ ਲੱਗ ਰਿਹਾ ਕੋਈ ਚੀਜ਼ ਪੈਸਾ ਵਸੂਲ ਆ, ਤਾਂ ਨਹੀਂ ਲੱਗ ਰਿਹਾ ਫਿਰ, ਤਾਂ ਕੋਈ ਚੱਕਰ ਨਹੀਂ। ਆਪਾਂ ਸ਼ਿਤਿਜ ਜੀ ਤੋਂ ਹਟ ਕੇ ਆਪਾਂ ਸੀਰੀਅਸ ਟੌਪਿਕ ਤੇ ਚੱਲ ਗਏ, ਸੋ ਉਹਨਾਂ ਦਾ ਕੁਐਸਚਨ ਦਾ ਜਵਾਬ ਨਹੀਂ ਦਿੱਤਾ ਤੁਸੀਂ। ਮੈਂ ਕਿਸੇ ਨੂੰ ਨਹੀਂ ਕੁੱਟਣਾ ਜੀ, ਠੀਕ ਹੈ, ਓਕੇ, ਬਾਏ, ਮੇਰੇ ਤੋਂ ਗਲਤੀ ਹੋ ਗਈ, ਠੀਕ ਹੈ। ਐਂਡ ਸ਼ਿਤਿਜ ਜੀ, ਸ਼ਿਤਿਜ ਚੌਧਰੀ ਦੀ ਡਾਇਰੈਕਸ਼ਨ 'ਚ ਸਭ ਤੋਂ ਖਾਸ ਕੀ ਲੱਗਦਾ ਤੁਹਾਡੇ ਦੋਵਾਂ ਦੇ ਅਕੋਰਡਿੰਗ? ਆਈ ਥਿੰਕ ਹੀ ਇਜ਼ ਵੈਰੀ ਕੂਲ ਡਾਇਰੈਕਟਰ, ਹਾਂ। ਮੈਂ ਸਭ ਤੋਂ ਘੱਟ ਕੋਈ ਬੰਦਾ ਸਟ੍ਰੈਸਡ ਵੇਖਿਆ ਜਿੰਨਾ ਕਿ ਮੈਂ, ਮੇਰਾ ਐਕਸਪੀਰੀਅੰਸ ਆ ਫਿਲਮਾਂ ਦਾ, ਤਾਂ ਹੀ ਇਜ਼ ਦ ਵਨ ਕਿ ਸਟ੍ਰੈਸ ਨਹੀਂ, ਸਟ੍ਰੈਸ ਲੈ ਕੇ ਕੰਮ ਨਹੀਂ ਕਰਦੇ, ਔਰ ਮੈਨੂੰ ਲੱਗਦਾ ਸਭ ਤੋਂ ਵਧੀਆ ਗੱਲ ਆ। ਓਕੇ, ਸ਼ਿਤਿਜ ਜੀ ਆਪਦੀ ਕੌਮਿਕ ਟਾਈਮਿੰਗ ਬਹੁਤ ਵਧੀਆ ਹੈ, ਔਰ ਜਦੋਂ ਤੁਸੀਂ ਉਹਨਾਂ ਦੇ ਮੂੰਹੋਂ ਉਹਨਾਂ ਦੀ ਸਟੋਰੀ ਸੁਣੋਗੇ ਨਾ, ਤੁਸੀਂ ਹੱਸ ਹੱਸ ਨਹੀਂ ਰੁਕ ਸਕਦੇ। ਮਤਲਬ ਉਹ ਇੱਕ ਘੰਟਾ ਦੋ ਘੰਟਾ ਹੱਸ ਹੱਸ ਸਕਦੇ ਤੁਹਾਨੂੰ, ਬੈਠੇ ਬਸ ਗੱਲਾਂ ਦੱਸਦੇ ਹੋਏ ਆਪਦੀਆਂ, ਹੈ ਨਾ। ਅਤੇ ਉਹ ਟਰਾਂਸਲੇਟ ਕਰਦਾ ਸਕਰੀਨ 'ਤੇ ਵੀ, ਬਿਕੋਜ਼ ਉਹਨਾਂ ਦੀ ਟਾਈਮਿੰਗ ਵਧੀਆ, ਅਤੇ ਜਦੋਂ ਉਹ ਸਾਡੇ ਨਾਲ ਸੀਨ ਕਰਦੇ, ਹੈ ਨਾ, ਉਹ ਤੁਹਾਨੂੰ ਗਾਈਡ ਕਰ ਸਕਦੇ ਆ ਟੂ ਅ ਬੈਟਰ ਪਰਫੋਰਮੈਂਸ। ਆਈ ਥਿੰਕ ਦੈਟਸ ਵੈਰੀ ਵੈਰੀ ਗੁੱਡ। ਜਸ ਬਾਜਵਾ ਜੀ ਦੀ ਜੇ ਮੈਂ ਗੱਲ ਕਰਾਂ, ਤਾਂ ਬਹੁਤ ਸੋਹਣਾ ਉਹਨਾਂ ਨਾਲ ਨਾ ਟ੍ਰੇਲਰ 'ਚ ਇੱਕ ਐਂਟਰੀ ਜੋ ਹੈ ਬਹੁਤ ਸੋਹਣੇ ਤਰੀਕੇ ਨਾਲ ਵਿਖਾਈ ਗਈ ਹੈ। ਸੋ ਤੁਹਾਡੀ ਦੋਵਾਂ ਦੀ ਫਸਟ ਫਿਲਮ ਹੈ ਉਹਨਾਂ ਦੇ ਨਾਲ, ਕਰੈਕਟ? ਕਿਵੇਂ ਦਾ ਰਿਹਾ ਸ਼ੂਟ ਕਰਕੇ ਉਹਨਾਂ ਨਾਲ? ਵੈਰੀ ਨਾਈਸ, ਬਹੁਤ ਪਿਆਰੇ ਨੇ ਉਹ, ਹੈ ਨਾ, ਅਤੇ ਉਹਨਾਂ ਨੇ ਫਿਲਮ 'ਚ ਵੀ ਬਹੁਤ ਵਧੀਆ ਕੰਮ ਕੀਤਾ। ਆਪਾਂ ਬਹੁਤ ਟਾਈਮ, ਆਈ ਥਿੰਕ ਇਹਨਾਂ ਦੇ ਜ਼ਿਆਦਾ ਸ਼ੂਟ ਹੋਇਆ ਜਸ ਨਾਲ, ਮੇਰਾ ਆਈ ਥਿੰਕ 2 ਜਾਂ 3 ਦਿਨ ਦਾ ਹੀ ਸ਼ੂਟ ਹੋਇਆ ਉਹਨਾਂ ਦੇ ਨਾਲ, ਬਟ ਤੁਹਾਨੂੰ ਫਿਲਮ 'ਚ ਵਧੀਆ ਲੱਗਣਗੇ ਉਹ, ਹੈ ਨਾ। ਆਈ ਥਿੰਕ ਇਟਸ, ਜੇ ਪਰਮਾਤਮਾ ਕਰੇ ਫਿਲਮ ਵਧੀਆ ਰਹੇਗੀ, ਤਾਂ ਇਟਸ ਅ ਵੈਰੀ ਗੁੱਡ ਡੈਬਿਊ। ਓਕੇ, ਪਹਿਲੀ ਵਾਰੀ ਮਿਲੇ ਵੀ, ਪਹਿਲੀ ਵਾਰੀ ਸੀਗੇ? ਹਾਂਜੀ, ਮੈਂ ਪਹਿਲੀ ਵਾਰੀ ਮਿਲੀ। ਠੀਕ ਹੈ, ਇਜ਼ ਵੈਰੀ ਕੀ ਨਾਈਸ ਗਾਇ, ਅਤੇ ਉਹਨਾਂ ਨੂੰ ਸਮਝ ਆ ਬਹੁਤ ਗੱਲਾਂ ਦੀ, ਮਤਲਬ ਕੁਛ ਕੁਛ ਲੋਕ ਹੁੰਦੇ ਨਾ, ਜਨਰਲ ਨੌਲੇਜ ਬਹੁਤ ਸਟਰੋਂਗ ਹੁੰਦੀ ਹੈ, ਉਹਨਾਂ ਨੂੰ ਤੁਸੀਂ ਕਿਸੇ ਵੀ ਮੁੱਦੇ 'ਤੇ ਗੱਲ ਕਰੋ ਤਾਂ ਉਹ ਗੱਲ ਕਰ ਸਕਦੇ ਆ, ਮਤਲਬ ਵਧੀਆ ਡਿਸਕਸ ਕਰਦੇ ਆ ਪੋਲੀਟਿਕਸ ਨੂੰ, ਦੂਜੇ ਮੁੱਦਿਆਂ ਨੂੰ, ਫਿਲਮ ਤਾਂ ਗੱਲ ਕਰਕੇ ਕੁਛ ਲੋਕਾਂ ਨਾਲ ਤੁਹਾਨੂੰ ਪੋਜ਼ਿਟਿਵ ਫੀਲ ਹੁੰਦਾ, ਵਧੀਆ ਫੀਲ ਹੁੰਦਾ। ਸੋ ਮੈਨੂੰ ਜਿੰਨਾ ਕੁ ਸਾਡਾ ਕੰਮ ਸੀਗਾ, ਹਮੇਸ਼ਾ ਅਸੀਂ ਜਿੰਨੀਆਂ ਵੀ ਗੱਲਾਂ ਕੀਤੀਆਂ ਬਹੁਤ ਵਧੀਆ ਸੀ, ਐਂਡ ਹੀ ਇਜ਼ ਵੈਰੀ ਐਕਸਾਈਟਿਡ ਫੋਰ ਦਾ ਫਿਲਮ। ਅਸੀਂ ਉਸ ਤੋਂ ਬਾਅਦ ਹੀ ਅਸੀਂ 1-2 ਵਾਰ ਮਿਲੇ ਹਾਂ, ਤਾਂ ਉਹਨਾਂ ਨੇ, ਕਿਉਂਕਿ ਫਿਲਮ ਬਿਕੋਜ਼ ਆਫ ਕੋਵਿਡ ਮਤਲਬ ਰੁਕ ਗਈ ਸੀ, ਅਤੇ ਉਹਨਾਂ ਨੇ ਹਮੇਸ਼ਾ ਮੈਨੂੰ ਪੁੱਛਿਆ ਕਿ ਕਦੋਂ ਆ ਰਹੀ ਹੈ ਬਾਈ ਫਿਲਮ, ਸੋ ਹੀ ਇਜ਼ ਵੈਰੀ ਐਕਸਾਈਟਿਡ ਫੋਰ ਦਾ ਫਿਲਮ। ਠੀਕ ਹੈ, ਅਤੇ ਹੁਣ ਆਪਾਂ ਖੇਡਾਂਗੇ ਇੱਕ ਗੇਮ ਤੁਹਾਡੇ ਨਾਲ, ਠੀਕ ਹੈ। ਬਾਊਲਸ 'ਚ ਕੁਛ ਚਿਟਸ ਹੋਣਗੀਆਂ, ਉਹ ਚਿਟਸ ਚੱਕ ਕੇ ਇੱਕ ਟੋਪਿਕ ਲਿਖਿਆ ਹੋਏਗਾ, ਉਹਦੇ 'ਤੇ ਤੁਸੀਂ ਕੁਛ ਵੀ ਕੁਐਸਚਨ ਬਣਾ ਕੇ ਇੱਕ ਦੂਜੇ ਤੋਂ ਪੁੱਛਣਾ ਹੈ, ਠੀਕ ਹੈ ਜੀ? ਚਲੋ ਜੀ, ਇੱਕ ਚੱਕਣੀ ਪੁੱਛਦਾ ਕੁਐਸਚਨ, ਦੱਸਣਾ ਹੀ ਨਹੀਂ। ਹਾਂ ਚਲੋ ਪੁੱਛੋ। ਤੁਹਾਨੂੰ ਇੰਡਸਟਰੀ ਨੇ ਕੀ ਲੈਸਨ ਸਿਖਾਇਆ? ਇੰਨੇ ਲੈਸਨ ਸਿਖਾਤੇ, ਜ਼ਿੰਦਗੀ ਬਦਲਤੀ ਲੈਸਨ ਸਿਖਾ ਸਿਖਾ ਮੈਨੂੰ, ਕਿ ਤੁਹਾਨੂੰ ਸਾਰਾ ਕੰਮ ਆਪਣੇ ਆਪ ਆਉਣਾ ਚਾਹੀਦਾ, ਭਾਵੇਂ ਕੋਈ ਵੀ ਕੰਮ ਹੋਵੇ। ਲਿਟਰਲੀ ਤੁਹਾਨੂੰ, ਮਤਲਬ ਜਦੋਂ ਤੁਸੀਂ ਇੱਕ ਫਿਲਮ ਕਰਨ ਜਾਂਦੇ ਹੋ, ਤੁਸੀਂ ਨਹੀਂ ਐਕਸਪੈਕਟ ਕਰ ਸਕਦੇ ਕਿ ਜਿਹੜੇ ਬੰਦੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਉਹਨਾਂ ਨੂੰ ਉਹ ਬੈਸਟ ਨੇ ਆਪਣੇ ਕੰਮ 'ਚ, ਤਾਂ ਤੁਹਾਨੂੰ ਥੋੜ੍ਹਾ 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 ਸਾਰਿਆਂ ਦਾ ਕੰਮ ਆਉਣਾ ਚਾਹੀਦਾ ਹੈ। ਕਿ ਘੱਟੋ ਘੱਟ ਜੇ ਕੋਈ ਬੰਦਾ ਤੁਹਾਨੂੰ ਪਤਾ ਲੱਗ ਰਿਹਾ ਹੋਵੇ ਕਿ ਲੈਕ ਕਰਦਾ ਕਿਸੇ ਚੀਜ਼ 'ਚ, ਤੁਸੀਂ ਘੱਟੋ ਘੱਟ ਖਿੱਚ ਕੇ ਉਹ ਫਿਲਮ ਨੂੰ ਥੋੜ੍ਹਾ ਬਹੁਤਾ ਤਾਂ ਠੀਕ ਕਰ ਸਕੋ, ਠੀਕ ਹੈ। ਵਰਸਟ ਨਹੀਂ, ਵੀਅਰਡ ਡੇਟ ਐਕਸਪੀਰੀਅੰਸ ਸੀਗਾ ਇੱਕ। ਮੈਂ ਕਿਸੇ ਕੁੜੀ ਨਾਲ ਚੈਟ ਸ਼ੁਰੂ ਕੀਤੀ ਸਨੈਪਚੈਟ 'ਤੇ, ਉਦੋਂ ਮੇਰਾ ਕੋਈ ਗਾਣਾ ਆਇਆ ਨਹੀਂ ਸੀ, ਅਤੇ ਫਿਰ ਆਪਾਂ ਮਿਲੇ ਡੋਮੀਨੋਜ਼ 'ਤੇ, ਅਤੇ ਉਹਨੇ ਬਹੁਤ ਜ਼ਿਆਦਾ ਮੇਕਅਪ ਕੀਤਾ ਹੋਇਆ ਸੀ, ਅਤੇ ਗਰਮੀ ਬਹੁਤ ਸੀ, ਜਦੋਂ ਐਂਟਰ ਕੀਤੀ ਤਾਂ
ਅਲੱਗ ਸੀ ਜਦੋਂ ਬਾਹਰ ਗਈ ਅਲੱਗ ਸੀ ਨਹੀਂ ਮਤਲਬ ਜਦੋਂ ਮਿਲੀ ਤਾਂ ਮੈਂ ਕਿਹਾ ਪਿੰਨ ਜਾ ਲੈਂਦਾ ਡਰਾਵਣਾ ਸੁਪਨਾ ਜਿਹੜਾ ਤੁਹਾਨੂੰ ਮਤਲਬ ਐ ਹੁਣ ਵੀ ਪਤਾ ਵੀ ਮੈਂ ਡਰ ਹੀ ਗਈ ਮੈਨੂੰ ਤਾਂ ਬਹੁਤ ਡਰਾਵਣੇ ਸੁਪਨੇ ਜਿਹਦਾ ਬਹੁਤ ਪੰਗਾ ਮੇਰਾ ਤਾਂ ਅਜੀਬ ਅਜੀਬ ਪਤਾ ਨਹੀਂ ਮੈਂ ਕਿੱਥੇ ਭੱਜ ਰਹੀ ਹਾਂ ਆਈ ਥਿੰਕ ਲੋਕਾਂ ਨੂੰ ਸਾਰਿਆਂ ਨੂੰ ਹੀ ਆਉਂਦੇ ਹੈ ਨਾ ਜਦੋਂ ਅਤੇ ਮੈਨੂੰ ਉਹ ਬਹੁਤ ਫੀਲ ਹੁੰਦਾ ਕਿ ਜਦੋਂ ਤੁਸੀਂ ਕਿੱਥੋਂ ਡਿੱਗ ਰਹੇ ਹੋ ਤਾਂ ਤੁਸੀਂ ਲਿਟਰਲੀ ਐਂ ਡਿੱਗ ਗਏ ਨੇ ਮੈਨੂੰ ਤਾਂ ਪਤਾ ਨਹੀਂ ਹਰ ਦੂਜੇ ਤੀਜੇ ਦਿਨ ਆਏ ਐਂ ਲੱਗਦਾ ਅਤੇ ਵੈਸੇ ਵੀ ਮੈਂ ਰਾਤ ਨੂੰ ਮਤਲਬ ਥੋੜ੍ਹੀ ਜਿਹੀਆਂ ਲਾਈਟਾਂ ਜਗਾ ਕੇ ਸੁਣਦੀ ਹਾਂ ਜਦੋਂ ਮੈਂ ਇਕੱਲੀ ਹੁੰਦੀ ਹਾਂ ਮੈਨੂੰ ਐਂ ਲੱਗਦਾ ਪਤਾ ਨਹੀਂ ਕੌਣ ਆਜੂਗਾ ਕੌਣ ਬਹਿ ਜੂਗਾ ਕੌਣ ਮੇਰੇ ਗਲੇ 'ਤੇ ਬੈਠਾ ਪਤਾ ਨਹੀਂ ਮੈਂ ਬਹੁਤ ਅਜੀਬ ਸੋਚਦੀ ਹਾਂ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ 'ਚ ਕਿੰਨੇ ਗਰੁੱਪਸ ਜਾਂ ਪਾਰਟੀਜ਼ ਨੇ ਬਹੁਤ ਸਾਰੇ ਨੇ ਤੁਹਾਡਾ ਫੇਵਰੇਟ ਗਰੁੱਪ ਕੌਣ ਕਿਹੜਾ ਮੇਰਾ ਫੇਵਰੇਟ ਗਰੁੱਪ ਮੈਂ ਹੀ ਹਾਂ ਕਿਹੜਾ ਤਾਂ ਅੱਛਾ ਰਹਿ ਗਿਆ ਇੱਕ ਰਹਿ ਗਿਆ ਮੈਂ ਚੱਕ ਲਈ ਸੀ ਓਕੇ ਵਟ ਇਜ਼ ਯੋਰ ਨੈਕਸਟ ਟਾਰਗੇਟ ਸਰਗੁਣ ਮਹਿਤਾ ਟੂ ਬੀ ਔਨ ਦਾ ਕਵਰ ਆਫ ਫੋਰਬਸ ਮੈਗਜ਼ੀਨ ਠੀਕ ਹੈ ਐਂਡ ਹੁਣ ਮੇਰੇ ਕੋਲ ਤੁਹਾਡੇ ਦੋਵਾਂ ਦੇ ਲਈ ਕੁਛ ਦੇਣ ਨੂੰ ਗਿਫਟ ਹੈਗਾ ਆ ਬਟ ਇਟ ਡਿਪੈਂਡਸ ਕਿ ਤੁਸੀਂ ਆਪਣੇ ਕੁਐਸਚਨਸ ਦੇ ਜਵਾਬ ਕਿੰਨੀ ਸੱਚਾਈ ਨਾਲ ਦਿਓਗੇ ਟੀਵੀ ਮਿਲੂਗਾ ਟੀਵੀ ਬੈਗ ਉਹ ਮੈਂ ਬਾਅਦ 'ਚ ਦੱਸੂੰਗੀ ਕਿ ਕੀ ਮਿਲੂਗਾ ਠੀਕ ਹੈ ਜੇ ਹੁਣ ਵਧੀਆ ਨਾ ਹੋਇਆ ਨਾ ਤਾਂ ਦੇਖੀ ਮੈਂ ਇੱਧਰੋਂ ਚੱਕ ਕੇ ਲੈ ਜਾਊਂ ਟੀਵੀ ਠੀਕ ਹੈ ਜੇ ਮੈਨੂੰ ਟੋਫੀ ਜੇ ਦਿੱਤੀ ਨਾ ਫਿਰ ਦੇਖਿਓ ਇਹ ਨਹੀਂ ਮੇਰੇ ਕੋਲ ਠੀਕ ਹੈ ਸਪਾ ਵਾਊਚਰ ਓਕੇ ਕੁਐਸਚਨ ਪੰਜਾਬੀ ਇੰਡਸਟਰੀ ਦਾ ਉਹ ਪ੍ਰੋਡਿਊਸਰ ਜਿਹਨੂੰ ਵੇਖ ਕੇ ਨਾ ਕੋਈ ਨਹੀਂ ਕਹਿ ਸਕਦਾ ਕਿ ਇਹ ਬੰਦਾ ਬਹੁਤ ਅਮੀਰ ਹੈ ਐਂਡ ਸਿੰਪਲ ਜਿਹੇ ਰਹਿੰਦੇ ਨੇ ਪਰ ਅਮੀਰ ਸਾਮੀ ਪੰਜਾਬੀ ਇੰਡਸਟਰੀ ਪ੍ਰੋਡਿਊਸਰ ਹੀ ਸਾਰੇ ਆਪ ਜਿਹੇ ਤੇ ਵਿਚਾਰੇ ਉਹਨਾਂ ਨੂੰ ਪੈਸੇ ਬਚਦੇ ਹੀ ਕਿੰਨੇ ਆ ਪਤਾ ਕਹਿਣ ਨੂੰ ਲੱਗਦਾ ਲੋਕਾਂ ਨੂੰ ਕਿ ਬੜੇ ਪੈਸੇ ਬਚਦੇ ਆ ਜਦੋਂ ਲੋਕਾਂ ਨੂੰ ਸਮਝ ਆ ਜਾ ਨਾ ਕਿ ਕਿੰਨੇ ਕੋ ਪੈਸੇ ਬਚਦੇ ਨੇ ਕਿ ਕਿੰਨੇ ਕਿਉਂ ਕਰਦੇ ਨਵੀਂ ਨਵੀਂ ਜਿਨ੍ਹਾਂ ਨੇ ਨਵੀਂ ਨਰੋਤਮ ਓਕੇ ਉਹ ਬਹੁਤ ਸਿੰਪਲ ਜਿਹਾ ਇਨਸਾਨ ਹੈ ਕੋਈ ਬੜਾ ਉਹਨੂੰ ਪਤਾ ਲੱਗ ਗਿਆ ਨਾ ਉਹਨੂੰ ਅਮੀਰ ਕਹਿ ਉਹਨੇ ਘਿਰ ਜਾਣਾ ਕਿੱਥੇ ਠੀਕ ਹੈ ਨੈਕਸਟ ਕਿਸ ਕੋ-ਐਕਟਰ ਦੀ ਇੱਕ ਆਦਤ ਬਹੁਤ ਇਰੀਟੇਟਿੰਗ ਲੱਗਦੀ ਹੈ ਮੈਨੂੰ ਅਮਰਿੰਦਰ ਭਾਅ ਜੀ ਨੇ ਬਿਲਕੁਲ ਹੀ ਮਤਲਬ ਸਾਰੀ ਚੀਜ਼ਾਂ ਤੋਂ ਇੰਨੇ ਅਵੇਅਰ ਰਹਿੰਦੇ ਆ ਕਿ ਜਦੋਂ ਉਹਨਾਂ ਨੂੰ ਆ ਵੀ ਪੁੱਛਣਾ ਹੋਇਆ ਨਾ ਕੱਲ੍ਹ ਸ਼ੂਟ ਆ ਪਤਾ ਨਹੀਂ ਲੱਗਦਾ ਤੁਸੀਂ ਉਹਨਾਂ ਨੂੰ ਇੱਕ ਦਿਨ ਮੈਸੇਜ ਕਰੋ ਉਹਨਾਂ ਦਾ ਹਫ਼ਤੇ ਬਾਅਦ ਜਵਾਬ ਆਉਂਦਾ ਉਹ ਵੀ ਮੇ ਬੀ ਹੈ ਨਾ ਉਹ ਬਹੁਤ ਫੋਨ ਵੀ ਨਹੀਂ ਦੇਖਦੇ ਉਹ ਬਾਹਲਾ ਆਪਣੇ 'ਚ ਰਹਿੰਦੇ ਆ ਤਾਂ ਕਦੇ ਕਦੇ ਮੈਨੂੰ ਇਰੀਟੇਟ ਜਾਂਦਾ ਕਿ ਦੱਸ ਦਿਓ ਮੈਂ ਉਸ ਹਿਸਾਬ ਨਾਲ ਪਲੈਨਿੰਗ ਕਰਨੀ ਆ ਜਾਂ ਮੈਂ ਦੇਖਣਾ ਜਾਂ ਮੈਂ ਕੁਛ ਅੱਗੇ ਪਿੱਛੇ ਨਾ ਉਹ ਰਿਲੈਕਸਡ ਮਤਲਬ ਆਪਣੇ ਮਨ ਦੇ ਹਿਸਾਬ ਨਾਲ ਚੱਲ ਰਿਹਾ ਹੁੰਦਾ ਹਾਂ ਮੈਂ ਉਹਨਾਂ ਨੂੰ ਵੀ ਕਹਿੰਦੀ ਮੈਂ ਕਿ ਕੋਈ ਲੈਣ ਦੇਣਾ ਨਹੀਂ ਦੁਨੀਆ ਦੇ ਨਾਲ ਦੁਨੀਆਦਾਰੀ ਤੋਂ ਬਾਹਰ ਨੇ ਉਹ ਠੀਕ ਹੈ ਐਂਡ ਜਿਵੇਂ ਨਾ ਲੇਕ ਮੂਵੀ 'ਚ ਸੀਨ ਹੁੰਦਾ ਕਿ ਤੁਸੀਂ ਰੌਣਕ ਅਤੇ ਰਾਜਵੀਰ ਦੀ ਉਹ ਪਿਕਚਰ ਚਿਪਕਾ ਰਹੇ ਹੁੰਦੇ ਹੋ ਨੀਰੂ ਬਾਜਵਾ ਅਤੇ ਜਿੰਮੀ ਸ਼ੇਰਗਿੱਲ ਦੀ ਫੋਟੋਜ਼ ਹਟਾ ਕੇ ਐਂਡ ਉਸ ਟਾਈਮ 'ਤੇ ਰਾਜਵੀਰ ਦੇ ਬਾਪੂ ਨੂੰ ਪਤਾ ਲੱਗਦਾ ਚੱਲ ਜਾਂਦਾ ਕਿ ਬਈ ਮੁੰਡਾ ਜੋ ਹੈ ਹੁਣ ਜਵਾਨ ਹੋ ਗਿਆ ਸੋ ਰੀਅਲ ਲਾਈਫ 'ਚ ਤੁਹਾਡੇ ਫਾਦਰ ਨੂੰ ਕਦੋਂ ਐਵੇਂ ਦੀ ਫੀਲ ਆਈ ਕਿ ਬਈ ਗੁਰਨਾਮ ਨਾ ਹੁਣ ਵੱਡਾ ਹੋ ਗਿਆ ਜਵਾਨ ਹੋ ਗਿਆ ਮੈਂ ਉਦੋਂ ਪਲੱਸ 1 'ਚ ਹੋਇਆ ਸੀਗਾ ਓਕੇ ਅਤੇ ਮੈਂ ਨਵੀਂ ਨਵੀਂ ਕਾਰ ਚਲਾਉਣੀ ਸਿੱਖੀ ਸੀ ਮੈਂ ਅਤੇ ਪਾਪਾ ਕਿਤੇ ਜਾ ਰਹੇ ਸੀ ਮੈਂ ਗੱਡੀ ਡਰਾਈਵ ਕਰ ਰਿਹਾ ਸੀ ਮੇਰਾ ਫੋਨ ਉਦੋਂ ਮੋਬਾਈਲ ਵੀ ਮਿਲਿਆ ਸੀ ਨਵਾਂ ਨਵਾਂ ਅਤੇ ਉਦੋਂ ਮੇਰੀ ਗਰਲਫ੍ਰੈਂਡ ਦਾ ਫੋਨ ਆਇਆ ਅਤੇ ਉਹਦੇ 'ਤੇ ਮੈਂ ਲਿਖਿਆ ਹੋਇਆ ਸੀ ਸਾਡੇ ਜਿਵੇਂ ਸਾਡੇ ਕਿਸੇ ਫੈਮਿਲੀ ਫਰੈਂਡ ਦਾ ਨਾਮ ਲਿਖਿਆ ਤਾਂ ਪਾਪਾ ਮੈਂ ਲਿਖਿਆ ਹੋਇਆ ਸੀ ਫਰੂਟੀ ਸਾਡੀ ਫੈਮਿਲੀ 'ਚ ਇੱਕ ਮੁੰਡੇ ਦਾ ਨਾਮ ਫਰੂਟੀ ਹੈ ਹਾਂ ਤਾਂ ਪਾਪਾ ਨੇ ਕਿਹਾ ਹਾਂਜੀ ਤਾਂ ਮੇਰੇ ਪਾਪਾ ਹੀ ਅਤੇ ਮੇਰੀ ਆਵਾਜ਼ ਬਹੁਤ ਸੇਮ ਹੈ ਤਾਂ ਉਹਨਾਂ ਨੇ ਕਿਹਾ ਕਿੱਥੇ ਹੋ ਪਾਪਾ ਗਾਲ ਕਰੇ ਕੁੜੀ ਦਾ ਫੋਨ ਹੈ ਮੈਨੂੰ ਨਾ ਅੱਛਾ ਪਾਪਾ ਨੇ ਕੁਛ ਨਹੀਂ ਕਿਹਾ ਉਦੋਂ ਵੀ ਕੁਛ ਨਹੀਂ ਕਿਹਾ ਉਸ ਤੋਂ ਬਾਅਦ ਵੀ ਕੁਛ ਨਹੀਂ ਕਿਹਾ ਤਾਂ ਜਿਹੜਾ ਮੈਂ ਗੱਡੀ ਚਲਾ ਰਿਹਾ ਸੀ ਰਸਤਾ ਜੇ ਪਿਆ ਸੀ ਜਿਵੇਂ 1.5 ਘੰਟੇ ਦਾ ਮੈਨੂੰ ਐਂ ਲੱਗੇ ਕਿ ਹੁਣੇ ਬਸ ਪਤਾ ਨਹੀਂ ਮੈਂ ਭੱਜ ਜਾ ਗੱਡੀ ਛੱਡ ਅਸੀਂ ਉੱਥੇ ਗਏ ਗੱਡੀ ਰੋਕੀ ਹੈ ਨਾ ਤਾਂ ਮੈਂ ਮਤਲਬ ਕਿਸੇ ਫੈਮਿਲੀ ਫੰਕਸ਼ਨ 'ਤੇ ਜਾ ਰਹੇ ਸੀ
ਤਾਂ ਮੈਂ ਸਾਰੇ ਕਹਿਣ ਕਿ ਤੂੰ ਕਿਵੇਂ ਉਦਾਸ ਹੈ, ਟੈਨਸ਼ਨ 'ਚ ਹੈ। ਮੈਂ ਕਿਹਾ ਨਹੀਂ, ਮੈਨੂੰ ਇਹ ਨਹੀਂ, ਪਾਪਾ ਇਹ ਤੱਕ ਲੜੇਗੇ ਹੁਣ। ਓਕੇ ਠੀਕ ਹੈ, ਫਿਰ ਘਰੇ ਜਾ ਕੇ ਕੁਛ ਕਿਹਾ ਕਿ? ਨਹੀਂ, ਉਹਨੇ ਕੁਛ ਨਹੀਂ ਕਿਹਾ। ਤੁਹਾਡੇ ਕਲੋਜ਼ ਫਰੈਂਡ ਸਰਕਲ 'ਚ ਇਹੋ ਜਿਹਾ ਕੌਣ ਹੈ ਜਿਸ ਦੀ ਗੱਲ ਇੰਡਸਟਰੀ 'ਚੋਂ ਕੋਈ ਨਹੀਂ ਮੋੜਦਾ? ਆਈ ਥਿੰਕ ਅਮਰਿੰਦਰ ਭਾਅ ਜੀ ਦੀ ਕੋਈ ਗੱਲ ਨਹੀਂ ਮੋੜਦਾ, ਉਹਨਾਂ ਦੀ ਵੈਸੇ ਵੀ ਰਿਸਪੈਕਟ ਵੀ ਬਹੁਤ ਆ, ਅਤੇ ਵੈਸੇ ਵੀ ਉਹ ਆਏ ਕੋਈ ਕਹਿੰਦੇ ਵੀ ਨਹੀਂ ਕਿਸੇ ਨੂੰ ਕੁਛ। ਬਟ ਜੇ ਅਮਰਿੰਦਰ ਭਾਅ ਜੀ ਦਾ ਕਿਸੇ ਨੂੰ ਵੀ ਫੋਨ ਜਾਏ, ਬਿਕੋਜ਼ ਆਈ ਥਿੰਕ ਸਾਰਿਆਂ ਨੂੰ ਪਤਾ ਕਿ ਉਹ ਬਹੁਤ ਵਧੀਆ ਨੇ, ਤਾਂ ਉਹਨਾਂ ਦੀ ਗੱਲ ਸ਼ਾਇਦ ਨਹੀਂ ਮੋੜਦੇ ਬੰਦੇ ਸਾਰੇ। ਇੱਕ ਕੰਪਲੀਮੈਂਟ ਜੋ ਕਿਸੇ ਅਨਐਕਸਪੈਕਟਿਡ ਬੰਦੇ ਤੋਂ ਮਿਲਿਆ ਹੋਵੇ ਐਂਡ ਜਦੋਂ ਵੀ ਯਾਦ ਕਰਦੇ ਹੋ ਤਾਂ ਚਿਹਰੇ 'ਤੇ ਖੁਸ਼ੀ ਆ ਜਾਂਦੀ ਹੈ? ਮੈਨੂੰ ਹੁਣੇ ਮੈਂ ਖਿਡਾਰੀ ਦੇ ਸੈੱਟ 'ਤੇ ਸੀਗਾ ਅਤੇ ਕਿਸੇ ਨੇ ਮੈਨੂੰ ਕਿਹਾ, ਕਿਸੇ ਮਤਲਬ ਉਹਨਾਂ ਨੂੰ ਮੈਂ ਜਾਣਦਾ ਨਹੀਂ, ਬਹੁਤ ਸੀਨੀਅਰ ਐਕਟਰ ਨੇ, ਉਹਨਾਂ ਨੇ ਮਤਲਬ ਬਹੁਤ ਸਾਰੇ ਲੋਕਾਂ ਨੂੰ ਐਕਟਿੰਗ ਸਿਖਾਈ ਵੀ ਹੈ, ਤਾਂ ਉਹ ਮੈਨੂੰ ਮਿਲੇ, ਕਹਿੰਦੇ ਕੁੱਕਾ 'ਚ ਕੰਮ ਬਹੁਤ ਵਧੀਆ ਕੀਤਾ ਤੂੰ। ਤਾਂ ਜਿਵੇਂ ਕਈ ਵਾਰੀ ਮੈਨੂੰ ਐਂ ਵੀ ਨਹੀਂ ਪਤਾ ਸੀ ਕਿ ਇਹਨਾਂ ਨੇ ਉਹ ਫਿਲਮ ਵੀ ਦੇਖੀ ਹੋਣੀ ਹੈ, ਸੋ ਉਹ ਮੈਨੂੰ ਫਿਲਹਾਲ ਦਾ ਰੀਸੈਂਟ ਉਹੀ ਯਾਦ ਆ। ਆਈ ਥਿੰਕ ਮੈਨੂੰ ਸੌਂਕਣ ਤੋਂ ਬਾਅਦ ਬਹੁਤ ਅਨਐਕਸਪੈਕਟਿਡ ਥਾਵਾਂ ਤੋਂ ਮੈਸੇਜਸ ਆਏ, ਹੈ ਨਾ, ਬਹੁਤ ਲੋਕਾਂ ਤੋਂ ਮੈਸੇਜਸ ਆਏ, ਤਾਂ ਮੈਨੂੰ ਬੜਾ ਵਧੀਆ ਲੱਗਿਆ ਕਿ ਜਿਹੜੇ ਸਾਡੇ ਹਿੰਦੀ ਸਰਕਿਟ ਦੇ ਵੀ ਬੰਦੇ ਆ, ਹੈ ਨਾ, ਕਿਉਂਕਿ ਪੰਜਾਬੀ ਫਿਲਮ ਇੰਡਸਟਰੀ 'ਚ ਚਲੋ ਸਾਰੇ ਦੇਖਦੇ ਆ, ਬਟ ਆਈ ਥਿੰਕ ਕਿਉਂਕਿ ਫਿਲਮ ਥੋੜ੍ਹਾ ਜਿਹਾ ਗਾਹ ਜ਼ਿਆਦਾ ਪਾਇਆ ਤਾਂ ਕਰਕੇ ਬਹੁਤ ਸਾਰੇ ਬਾਹਰ ਦੇ ਲੋਕਾਂ ਨੇ ਵੀ ਫਿਲਮ ਦੇਖੀ, ਹੈ ਨਾ, ਕਿ ਕੋਈ ਸਾਡੇ ਫਰੈਂਡ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਆਪਾਂ ਪ੍ਰੋਡਿਊਸ ਕੀਤੀ ਆ, ਤਾਂ ਉਹ ਰਵੀ ਦੇ ਨਾਲ ਕਿਤੇ ਬੈਠੇ ਸੀ, ਕਹਿੰਦੇ ਯਾਰ ਇੱਕੋ ਫਿਲਮ ਆਈ ਹੈ, ਕਹਿੰਦੇ ਪੰਜਾਬੀ 'ਚ, ਕਹਿੰਦੇ ਸੌਂਕਣ ਸੌਂਕੜੇ, ਨਾ ਸਰਗੁਣ ਆਇਆ, ਕਹਿੰਦਾ ਆਪਾਂ ਪ੍ਰੋਡਿਊਸ ਵੀ ਕੀਤਾ। ਮੈਨੂੰ ਲੱਗਿਆ ਕਿ ਹਾਂ ਚਲੋ ਜਦੋਂ ਕੋਈ ਚੀਜ਼ ਵੱਡੀ ਹੁੰਦੀ ਹੈ ਤਾਂ ਬਾਹਰ ਤੱਕ ਜਾਂਦੀ, ਮੈਨੂੰ ਬਹੁਤ ਵਧੀਆ ਲੱਗਿਆ। Slow clap. And thank you so much for coming to our show. And in last, to see apni film bare kuch kehna chahnde ho? Saryan da pind 8th July nu theaters ch aa rahi hai ji, tusi vi theaters ch pahuncho. Bahut entertaining movie aa, edi puri guarantee aa, thonu disappoint nahi karegi. With family dekho te thonu bahut nazara aun wala. Asi ਮਤਲਬ ਮੇਰੇ ਕਰੀਅਰ ਦੀ ਸਭ ਤੋਂ ਵੱਧ ਮਿਹਨਤ ਕਰਨ ਵਾਲੀ ਫਿਲਮ ਹੈ। ਐਂਟਰਟੇਨਿੰਗ ਫਿਲਮ ਆ, ਰੋਮਾਂਟਿਕ ਫਿਲਮ ਆ, ਫੈਮਿਲੀ ਫਿਲਮ ਆ, ਸਾਰਾ ਕੁਛ ਆ ਜਿਹੜੇ ਇੱਕ ਮਸਾਲਾ ਫਿਲਮ 'ਚ ਹੁੰਦਾ। ਤੁਸੀਂ ਟ੍ਰੇਲਰ ਦੇਖ ਰਿਹਾ, ਟ੍ਰੇਲਰ ਲੋਕਾਂ ਨੂੰ ਬਹੁਤ ਪਸੰਦ ਆਇਆ, ਤੁਸੀਂ ਗਾਣਾ ਦੇਖ ਲਿਆ, ਤੁਸੀਂ ਸਾਡੀ ਇੰਟਰਵਿਊ ਦੇਖ ਲਈ, ਤੁਹਾਨੂੰ ਮੈਂ ਪਸੰਦ ਆ, ਤੁਹਾਨੂੰ ਇਹ ਪਸੰਦ ਆ, ਤੁਹਾਨੂੰ ਅੰਬਰਦੀਪ ਪਸੰਦ ਆ, ਤੁਹਾਨੂੰ ਸ਼ਿਤਿਜ ਚੌਧਰੀ ਪਸੰਦ ਆ, ਪਲੀਜ਼ ਜਾ ਕੇ ਦੇਖੋ ਥੀਏਟਰ 'ਚ। ਸਹੁਰੇ ਦਾ ਪਿੰਡ ਆ ਗਿਆ 8 ਜੁਲਾਈ ਨੂੰ, ਆ ਵੀ ਲੈ ਕੇ ਜਾਓ ਅਤੇ ਓਕੇ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ ਫੋਰ ਕਮਿੰਗ ਐਂਡ ਥੈਂਕ ਯੂ ਫੋਰ ਵਾਚਿੰਗ ਆਰ ਸ਼ੋ। ਸਭ ਪਤਾ ਹੈ, ਸਤਿ ਸ਼੍ਰੀ ਅਕਾਲ। ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਦੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ YouTube ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।